ਸਸਰੀ ਗੱਲ ਜੀ ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਪ੍ਰੀਤਮ ਲੋਵ ਵੱਲੋਂ ਸਵਾਗਤ ਹੈ ਅੱਜ ਮੁੱਦੇ ਦੀ ਗੱਲ ਦੇ ਵਿੱਚ ਖਾਸ ਤੌਰ ਤੇ ਅਹਿਮ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਕਿਉਂਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਕਰਨ ਨੂੰ ਲੈ ਕੇ ਦੁਬਿਧਾ ਵਿੱਚ ਫਸੀ ਹੋਈ ਹੈ ਇਸ ਲਈ ਆ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜਸਪ੍ਰੀਤ ਅਸ਼ਕ ਜੀ ਜਸਪ੍ਰੀਤ ਜੀ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਵੈਰੀ ਮਚ ਜਸਪ੍ਰੀਤ ਜੀ ਕਿਦਾਂ ਦੇਖਦੇ ਹੋ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ ਕੀ ਲੱਗ ਆ ਬਿਲਕੁਲ ਲੱਗਦਾ ਹੈ ਜੀ ਕਿਉਂਕਿ ਹੁਣ ਤਾਂ ਜੇ ਹੁਣ ਨਹੀਂ ਆਏ ਤਾਂ ਫਿਰ ਕਦੋਂ ਆਉਣਗੇ ਅਗੇ ਕਹਾਵਤ ਦੇ ਵੀ ਦੇਰ ਆ ਦਰਸਤਾ ਪਰ ਇਹ ਤਾਂ ਦਰਸਤ ਵੀ ਨਹੀਂ ਆ ਰਹੇ ਦੇਰ ਵੀ ਹੋ ਗਈ ਹੈ ਬਹੁਤ ساری ਦੇਖੋ 10 ਸਾਲ ਦਾ ਸਮਾਂ ਲਾ ਦਿੱਤਾ ਹੈ 9 ਸਾਲ ਕੁਝ ਮਹੀਨੇ ਹੋ ਗਏ ਨੇ ਥੋੜਾ ਟਾਈਮ ਬਾਕੀ ਆ ਤੇ ਜਿਹੜੇ ਇਲੈਕਸ਼ਨ ਨੇ 2022 ਦੇ ਆ ਜਿਹੜੇ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਣਗੇ ਤੇ ਹਜੇ ਤੱਕ ਸਾਡਾ ਸੀਐਮ ਨਹੀਂ ਪੰਜਾਬ ਦਾ ਸਾਨੂੰ ਮਿਲਿਆ ਸੀਐਮ ਦਾ ਫੇਸ ਨਹੀਂ ਮਿਲਿਆ ਆਮ ਆਦਮੀ ਪਾਰਟੀ ਕੋਲੋਂ ਪੰਜਾਬ ਦਾ ਸਾਨੂੰ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਵਾਅਦੇ ਕਰਦੀ ਨਜ਼ਰ ਆਉਂਦੀ ਰਹਿੰਦੀ ਆ ਪਰ ਉਹਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਸੀਐਮ ਹੋਊਗਾ ਕੌਣ ਦੋ ਵਾਰੀ ਇਲੈਕਸ਼ਨ ਜਿਹੜੇ ਹੋ ਚੁੱਕੇ ਸੀ ਫਿਰ ਵੀ ਇਲੈਕਸ਼ਨ ਹੁਣ ਅਗਲੇ ਹੋਣ ਨੂੰ ਤਿਆਰ ਨਹੀਂ ਅਜੇ ਤੱਕ ਇਹਨਾਂ ਨੂੰ ਜਿਹੜਾ ਸੀਐਮ ਨਹੀਂ ਲੱਭਦਾ ਪਿਆ ਹੈਗਾ ਹਾਂ ਹੁਣ ਇਹਨੂੰ ਕਰਨਾ ਪਵੇਗਾ ਅਨਾਉਂਸ ਕਰਨਾ ਪਵੇਗਾ ਕਿਉਂਕਿ ਗੁਰਪ੍ਰੀਤ ਜੀ ਜੇਕਰ ਹੁਣ ਨਹੀਂ ਕਰਦੇ ਤਾਂ ਇਹ ਕਸ਼ਮਕਸ਼ੀ ਪਾਦੀ ਜਾਵੇਗੀ ਡਿਫਰੈਂਸ ਵੀ ਪੈਦਾ ਹੁੰਦੇ ਜਾਣਗੇ ਕਿਉਂਕਿ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੇ ਬਹੁਤ ਸਾਰੇ ਜਿਹੜੇ ਇਹਨਾਂ ਨਾਲ ਜੁੜੇ ਹੋਏ ਲੋਕ ਨੇ ਪੁਰਾਣੇ ਲੋਕ ਨੇ ਉਹ ਆਪਣੇ ਆਪ ਨੂੰ ਦਾਵੇਦਾਰ ਦੇ ਤੌਰ ਤੇ ਦੇਖਦੇ ਵੀ ਨਜ਼ਰ ਆ ਰਹੇ ਨੇ ਪਰ ਉਹ ਦਾਵੇਦਾਰੀ ਉਸ ਵਕਤ ਖਤਮ ਹੋ ਜਾਣੀ ਹੈ ਜਦ ਜੇਕਰ ਇਹ ਜਲਦੀ ਨਹੀਂ ਉਹਨੂੰ ਗੱਲ ਕਰਨਗੇ ਕੇਵਲ ਇੱਥੇ ਸੀਐਮ ਦਾ ਫੇਸ ਕੀ ਇਹ ਤਾਂ ਹਰ ਸ਼ਹਿਰ ਹਰ ਮਹੱਲੇ ਦੇ ਵਿੱਚ ਦੁਬਿਧਾ ਪਾਈ ਬੈਠੇ ਨੇ ਮਤ ਜਾਤਾ ਇਹਨਾਂ ਨੂੰ ਇਹ ਲੱਗਦਾ ਆ ਕਿ ਅਸੀਂ ਕੋ ਦਿੱਲੀੋਂ ਬੰਦਾ ਫੜ ਲਿਆਈਏ ਵੀ ਜਿਹੜਾ ਲਿਆ ਕੇ ਬਿਠਾ ਦੇ ਹਾਲਾਂਕਿ ਕੇਜਰੀ ਪਾਲ ਨੇ ਕਲੀਅਰ ਕੀਤਾ ਵੀ ਦਿੱਲੀ ਵਾਲਾ ਗੱਲ ਨਹੀਂ ਹੋਵੇਗੀ ਪਰ ਫਿਰ ਬੰਦਾ ਕੌਣ ਆ ਪੰਜਾਬ ਦੇ ਵਿੱਚ ਕੀ ਪੰਜਾਬ ਦੇ ਵਿੱਚ ਤੁਹਾਨੂੰ ਲੋਕ ਕਾਬਿਲ ਨਹੀਂ ਨਜ਼ਰ ਆਉਂਦੇ ਜਾਂ ਫਿਰ ਥੋੜੀ ਪਾਰਟੀ ਕੋਲ ਕਾਬਿਲ ਲੋਕ ਨਹੀਂ ਹੈਗੇ ਕਿਉਂਕਿ ਸੁਖਪਾਲ ਖਹਿਰਾ ਵਰਗੇ ਪਹਿਲਾਂ ਇਹਨਾਂ ਦੀ ਪਾਰਟੀ ਜਾ ਕੇ ਤਾਂ ਹੀ ਜੁੜੇ ਸੀ ਵੀ ਸ਼ਾਇਦ ਉਹ ਸੀਐਮ ਬਣ ਜਾਣਗੇ ਚਾਹ ਨਾਲ ਲੱਗਿਆ ਵੀ ਸੀਐਮ ਕੀ ਉਹ ਤਾਂ ਕਿਤੇ ਨੇੜੇ-ਤੇੜੇ ਵੀ ਨਹੀਂ ਹੁੰਦੇ ਉਹ ਵੀ ਛੱਡ ਕੇ ਭੱਜ ਕੇ ਇੱਥੋਂ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬਚੇ ਕੁਝੇ ਨੇ ਉਹ ਵੀ ਜਿਹੜੇ ਪਾਸਾ ਵੱਢਦੇ ਨਜ਼ਰ ਆ ਨੇ ਹੁਣ ਭਗਵੰਤ ਮਾਨ ਐਸੇ ਨੇ ਜਿਨ੍ਹਾਂ ਨੂੰ ਜੇਕਰ ਇਹ ਨਾ ਜਲਦੀ ਨਾ ਕਿਸੇ ਪਾਸੇ ਲਾਉਣਗੇ ਤਾਂ ਉਹ ਵੀ ਇਹਨਾਂ ਨੂੰ ਖਰਾਬ ਕਰਨਗੇ ਮੱਸ ਲੋਕ ਇਹ ਤੁਹਾਨੂੰ ਲੱਗਦਾ ਕਿ ਜੇਕਰ ਉਹਨਾਂ ਨੂੰ ਭਗਵੰਤ ਮਾਨ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਖਮਿਆ ਦਾ ਭੁਗਤਣਾ ਪੈ ਸਕਦਾ ਬਿਲਕੁਲ ਪੈ ਸਕਦਾ ਜੀ ਦੇਖੋ ਪੈ ਸਕਦਾ ਕਿ ਪੈਣਾ ਸ਼ੁਰੂ ਹੋ ਚੁੱਕਿਆ ਜੇਕਰ ਤੁਸੀਂ ਤਾਜ਼ੀਆਂ ਰਿਪੋਰਟਾਂ ਤੇ ਨਜ਼ਰ ਮਾਰੋ ਜੇ ਭਗਵੰਤ ਮਾਨ ਦੇ ਬਿਹੇਵੀਅਰ ਤੇ ਨਜ਼ਰ ਮਾਰੋ ਉਹਨਾਂ ਦੀ ਪ੍ਰੋਫਾਈਲ ਤੇ ਚੈੱਕ ਕਰੋ ਜਿੱਥੇ ਉਹ ਐਕਟੀਵਿਟੀ ਆ ਕਰਦੇ ਨਜ਼ਰ ਆਉਂਦੇ ਰਹਿੰਦੇ ਸੀ ਆਮ ਆਦਮੀ ਪਾਰਟੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਖਾਸ ਕਰਕੇ ਪੰਜਾਬ ਵਿੰਗ ਨੂੰ ਲੈ ਕੇ ਬੜਾ ਐਕਟਿਵ ਨਜ਼ਰ ਰਹਿੰਦੇ ਸੀ ਕਿ ਹਰ ਕੁਸ਼ ਕਦੇ ਬਿਆਨ ਹੋਣਾ ਕਦੇ ਲੜਨਾ ਉਹਨਾਂ ਨੇ ਗੱਲ ਕਰਨੀ ਪਰ ਉਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਕੁਝ ਕ ਟਾਈਮ ਤੋਂ ਪਿਛਲੇ 2-4 ਵੀਕ ਤੋਂ ਮੈਂ ਇੱਕ ਮਹੀਨਾ ਹੀ ਕਮਾਂਗਾ ਕਿ ਪਾਸਾ ਵੱਧਦੇ ਨਜ਼ਰ ਆ ਰਹੇ ਹਨ ਲਗਾਤਾਰ ਲਗਾਤਾਰ ਹਰ ਇੱਕ ਚੀਜ਼ ਤੋਂ ਦੂਰੀ ਬਣਾਈ ਹੋਈ ਹੈ ਇਹ ਗੱਲ ਨਹੀਂ ਵੀ ਆਪਾਂ ਨੂੰ ਨੋਟਿਸ ਹੋ ਰਿਹਾ ਬਾਕੀਆਂ ਨੂੰ ਨਹੀਂ ਬਾਕੀਆਂ ਨੂੰ ਵੀ ਨੋਟਿਸ ਹੋਇਆ ਕੱਲੀ ਗੁਰਪ੍ਰੀਤ ਜੀ ਆਪਣੇ ਨੋਟਿਸ ਕਰਨ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਗੱਲ ਕਰੋ ਤਾਂ ਪੂਰਾ ਪੰਜਾਬ ਨੋਟਿਸ ਕਰ ਰਿਹਾ ਇਸ ਗੱਲ ਨੂੰ ਲੈ ਕੇ ਇਸ ਗੱਲ ਨੂੰ ਲੈ ਕੇ ਬਵਾਦ ਸ਼ੁਰੂ ਹੋ ਗਿਆ ਕਿਉਂਕਿ ਪਿਛਣੀਆਂ ਉਹਨਾਂ ਦੇ ਪ੍ਰੋਫਾਈਲ ਚੈੱਕ ਕਰ ਲਓ ਉਹਨਾਂ ਦੀਆਂ ਗਤੀਵਿਧੀਆਂ ਚੈੱਕ ਕਰ ਲਓ ਉਹਨਾਂ ਦੀਆਂ ਖਬਰਾਂ ਚੈੱਕ ਕਰ ਲਓ ਉਹਨਾਂ ਦੇ ਆਉਣ ਜਾਣ ਨੂੰ ਲੈ ਕੇ ਚੈੱਕ ਕਰ ਲਓ ਜ ਪੰਜਾਬ ਆਮ ਆਦਮੀ ਪਾਰਟੀ ਮਿਸਿੰਗ ਨਜ਼ਰ ਆ ਰਹੀ ਹੈ ਹਰਪਾਲ ਜੀ ਨੇ ਹਰਪਾਲ ਜੀ ਨੇ ਉਹਨਾਂ ਦੇ ਵੀ ਇਹ ਬਿਆਨ ਆਇਆ ਹਰਪਾਲ ਜੀ ਨੇ ਉਹਨਾਂ ਨੇ ਵੀ ਇਹ ਗੱਲ ਆਖੀ ਆਪਣੇ ਬਿਆਨ ਦੇ ਵਿੱਚ ਵੀ ਇਹ じゃ ਕੁਝ ਨਹੀਂ ਹੈਗਾ ਕੇਵਲ ਬੀਜੀ ਚੱਲਦਾ ਹੈ ਭਗਵੰਤ ਜੀ ਪਰ ਕਿੰਨੇ ਕੁ ਬੀਜੀ ਐਨੇ ਬੀਜੀ ਵੀ ਨਹੀਂ ਹੁੰਦੇ ਇਸ ਤੋਂ ਇਲਾਵਾ ਉਹਨਾਂ ਦੇ ਕਿਹੜਾ ਕੋਈ ਹੋਰ ਕੰਮ ਹੈਗਾ ਜੀ ਵੀ ਫੈਕਟਰੀਆਂ ਚੱਲਦੀਆਂ ਉਹਨਾਂ ਦੀਆਂ ਵੀ ਪਾਈ ਉੱਥੇ ਚਲੇ ਗਏ ਆ ਲੇਬਰ ਦੇ ਨਾਲ ਮਤੋਂ ਮਤੀ ਹੋ ਰਿਹਾ ਕੰਮ ਤਾਂ ਇਹੀ ਆ ਨਾ ਕੰਮ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਇੱਕ ਤਰ੍ਹਾਂ ਉੱਪਰ ਚੱਕਣਾ ਉਹਨਾਂ ਦੇ ਉਹ ਸਟਾਰ ਜਿਹੜੇ ਪ੍ਰਚਾਰਕ ਨੇ ਉਹਨੂੰ ਜਿਹੜੇ ਜੇ ਨਹੀਂ ਉਹਨਾਂ ਲਈ ਬੋਲਣਗੇ ਮੈਂ ਬਾਤ ਜੇਕਰ ਧਿਆਨ ਦਿੱਤਾ ਜਾਵੇ ਤਾਂ ਪ੍ਰਾਣੀਆਂ ਜੇਕਰ ਆਪਾਂ ਥੁੜੀਆਂ ਪਰਤਾਂ ਫਰੋਲੀਆਂ ਆਵਦੀ ਪਾਰਟੀ ਨੇ ਪੰਜਾਬ ਦੇ ਵਿੱਚ 2017 ਦੀਆਂ ਉਸ ਵਕਤ ਜੋ ਹੈ ਸੁਚੇਤ ਸਿੰਘ ਛੋਟੇ ਪਰੋਣਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਮਦੀ ਪਾਰਟੀ ਨੂੰ ਸਟੈਂਡ ਕੀਤਾ ਤਾਂ ਉਹਨਾਂ ਤੇ ਜੋ ਇਲਜ਼ਾਮ ਲਗਾਏ ਗਏ ਸੀ ਹਾਲਾਂਕਿ ਚਲੋ ਹਾਲੇ ਤੱਕ ਉਹ ਸਾਬਿਤ ਨਹੀਂ ਕਰ ਸਕੀ ਆਮਦੀ ਪਾਰਟੀ ਉਹਨਾਂ ਦਾ ਖਮਾਇਦਾ ਵੀ 2017 ਦੇ ਵਿੱਚ ਇਹਨਾਂ ਨੂੰ ਭੁਗਤਣਾ ਪਿਆ ਲੱਗਦਾ ਕਿ ਉਸੇ ਤਰ੍ਹਾਂ ਦੇ ਨਾਲ ਹੁਣ ਭੁਗਤਾਨ ਮਾਰਨ ਨੂੰ ਵੀ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਕਿ ਉਸੇ ਹਿਸਾਬ ਦੇ ਨਾਲ ਖਮਾਇਦਾ ਫਿਰ ਭੁਗਤਣਾ ਪੈ ਸਕਦਾ ਹੈ ਬਹੁਤ ਵਧੀਆ ਇੱਕ ਪੁਆਇੰਟ ਚੱਕਿਆ ਆ ਕਿਉਂਕਿ ਅਰਵਿੰਦ ਕੇ ਜੀ ਬਾਅਦ ਤੇ ਦਿੱਲੀ ਦੀ ਟੀਮ ਜੀ ਇਹ ਕਦੇ ਨਹੀਂ ਚਾਹੂਗੀ ਕਿ ਪੰਜਾਬ ਦੇ ਵਿੱਚ ਬੈਠੇ ਲੋਕ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲ ਲੈਣ ਜਿਹੜਾ ਵੀ ਇੱਥੇ ਗਰਮ ਹੁੰਦਾ ਐਕਟਿਵ ਹੁੰਦਾ ਚਾ ਵਧੀਆ ਤਰੀਕੇ ਨਾਲ ਪਾਰਟੀ ਨੂੰ ਅੱਗੇ ਰੱਖਣ ਦੀ ਕੋਸ਼ਿਸ਼ ਕਰ ਉਹਨੂੰ ਦਰਕਨਾਰਾ ਕਰ ਦਿੱਤਾ ਜਾਂਦਾ ਆ ਪੰਜਾਬ ਦੇ ਨਾਲ ਨਾਲ ਜਿੱਦ ਦਿੱਲੀ ਦੇ ਵਿੱਚ ਮੇਨ ਲੀਡਿੰਗ ਪਾਰਟੀ ਦੀ ਉਹ ਗੱਲ ਕਰ ਲੋ ਤਾਂ ਜੁਗਿੰਦਰ ਯਾਦਵ ਦਾ ਬਹੁਤ ਵੱਡਾ ਹਿੱਸਾ ਸੀ ਜੁਗਿੰਦਰ ਯਾਦਵ ਨੇ ਪਾਰਟੀ ਨੂੰ ਸਟੈਂਡ ਕੀਤਾ ਸੀ ਇਹਦੀ ਪੋਲੀਟੀਕਲ ਰੂਪਰੇਖਾ ਜਿਹੜੀ ਜੁਗਿੰਦਰ ਯਾਦਵ ਨੇ ਰਚੀ ਸੀ ਤੇ ਆ ਰਵਿੰਦ ਕੇਜਰੀ ਬਾਲ ਉਹਦੇ ਸਾਥੀ ਸਨ ਪਰ ਹੌਲੀ-ਹੌਲੀ ਕਾਬਜ ਹੋ ਗਏ ਤੇ ਜੁਗਿੰਦਰ ਯਾਦਵ ਕਿਤੇ ਨੇੜੇ ਨਜ਼ਰ ਆ ਜਿਵੇਂ ਛੋਟੇ ਪਰ ਹੌਣੀ ਨੇ ਇਹ ਬੜੇ ਸੁਲਝੇ ਹੋਏ ਵੱਡੇ ਲੀਡਰ ਸੀ ਇਹਨਾਂ ਨੇ ਕਮਾਂਡ ਸੰਭਾਲੀ ਦੇਖੋ ਘਰ ਘਰ ਜਾ ਕੇ ਡੋਰ ਡੋਰ ਜਾ ਕੇ ਹਰ ਚੀਜ਼ ਨੂੰ ਹਰ ਲੋਕਾਂ ਨੂੰ ਜੋੜਨਾ ਲੰਮੀ ਪਾਰਡ ਪੱਖੂ ਵੀ ਜੋੜਿਆ ਜਿਹਦਾ ਅਸੀਂ ਰਿਜ਼ਲਟ ਐਮਪੀ ਚੋਣਾਂ ਚ ਦੇਖ ਚੁੱਕੇ ਸੀ ਚਾਰ ਇੱਕਦਮ ਐਮਪੀ ਆਉਣੇ ਹੈਨਾ ਹਰ ਘਰ ਘਰ ਇੱਕ ਵਾਰੀ ਆਵਾਜ਼ ਉੱਠ ਖੜੀ ਸੀ ਬੜੀ ਸੋਹਣੀ ਜੋੜਿਆ ਪਰ ਇਹਨਾਂ ਨੂੰ ਲੱਗਿਆ ਦਿੱਲੀ ਬੈਠੀ ਇਸ ਇਹਨਾਂ ਦੀ ਪਾਵਰ ਨੂੰ ਕਿ ਕਿਵੇਂ ਪਾਵਰ ਵੰਡੀ ਜਾਵੇ ਕਿਵੇਂ ਪੰਜਾਬ ਚ ਕਿਉਂ ਫੋਕਸ ਹੋ ਗਿਆ ਕਿਉਂ ਸੋਚੇ ਜਿਹੜਾ ਇੰਨਾ ਜਿਆਦਾ ਐਕਟਿਵ ਹੋ ਰਿਹਾ ਤੇ ਉਹਨੂੰ ਇਗਨੋਰ ਕੀਤਾ ਗਿਆ ਇਗਨੋਰ ਕਰਨ ਦਾ ਤਰੀਕਾ ਕੱਲ ਤੁਸੀਂ ਅਜ਼ਾਮ ਬਾਜੀ ਲਾ ਕੇ ਕੱਢਿਆ ਗਿਆ ਮਹਿਕਮਾ ਉਹਨੂੰ ਸਾਈਡ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਉੱਠ ਕੇ ਬਹੁਤ ਸਾਰੇ ਹੋਰ ਵੀ ਖੁਰਪੇ ਕੁਗੀ ਮੈਂ ਮੇਨ ਮੇਨ ਜੇ ਗੱਲ ਕਰਾਂ ਖੁਰਪੇ ਕੁਗੀ ਵੀ ਬੜੇ ਐਕਟਿਵ ਹੋਏ ਹਾਂ ਖਹਿਰਾ ਦਾ ਵੀ ਆਪਾਂ ਜੇ ਕਹਾਂ ਪਰ ਗੁਰਪੇ ਕੁਗੀ ਐਕਟਿਵ ਹੁੰਦੇ ਨੇ ਉਹ ਬੜੇ ਉਹਦੇ ਨਾਲ ਆਉਂਦੇ ਨੇ ਤੇ ਮਤਲਬ ਵੀ ਪਾਰਟੀ ਨਾਲ ਜੁੜਦੇ ਨੇ ਵੀ ਇਹਨੂੰ ਭਾਈ ਕੁਛ ਅਸੀਂ ਕਰਨਾ ਇਹਦੇ ਲਈ ਉਹਨਾਂ ਨੂੰ ਵੀ ਦਰਕਿਨਾਰਾ ਕਰ ਦਿੱਤਾ ਜਾਂਦਾ ਫਿਰ ਉਹ ਵੀ ਉਹ ਛੱਡ ਕੇ ਚਲੇ ਜਾਂਦੇ ਨੇ ਚਲੋ ਸੁਖਪਾਲ ਸਿੰਘ ਖਹਿਰਾ ਤਾਂ ਰਹੀ ਪੋਲੀਟਿਕਲ ਨੇ ਉਹ ਆਪਣੇ ਪੋਲੀਟਿਕਲ ਮਾਈਲੇਜ ਕਰਕੇ ਜਾਂ ਲਾਲਚ ਕਰਕੇ ਜਾਂ ਆਪਣੇ ਕੁਰਸੀ ਕਰਕੇ ਜਾਂ ਇਹ ਚੀਜ਼ਾਂ ਕਰਕੇ ਜੁੜੇ ਸੀ ਉਹਨਾਂ ਦਾ ਤਾਂ ਕਹਿਣਾ ਕੀ ਆ ਹੁਣ ਇਹੀ ਗੱਲ ਭਗਵੰਤ ਮਾਨ ਤੇ ਆਉਂਦੀ ਦੇਖੋ ਭਗਵੰਤ ਮਾਨ ਕੱਲੇ ਇੱਥੇ ਨਹੀਂ ਦਿੱਲੀ ਦੇ ਵਿੱਚ ਵੀ ਜਿੱਥੇ ਮਰਜੀ ਦੇਖ ਲਓ ਭਗਵੰਤ ਮਾਨ ਜੇ ਨਹੀਂ ਪਹੁੰਚਦੇ ਤਾਂ ਆਮ ਆਦਮੀ ਪਾਰਟੀ ਦੇ ਕੁਐਸਚਨ ਖੜੇ ਹੋ ਜਾਂਦੇ ਨੇ ਪਰ ਭਗਵੰਤ ਮਾਨ ਨੇ ਜਿਹੜਾ ਜੇ ਭਗਵੰਤ ਮਾਨ ਨੂੰ ਕਿਸੇ ਚ ਚੰਗੀ ਜਗ੍ਹਾ ਨਹੀਂ ਲਾਓਗੇ ਦੇਖੋ ਹਰ ਬੰਦਾ ਚਾਹੁੰਦਾ ਇੱਕ ਘਟ ਪੰਜਾਬ ਦਾ ਨਿਆਂ ਤੋਂ ਸਿਆਣੇ ਤੱਕ ਵੀ ਮੈਂ ਮੁੱਖ ਮੰਤਰੀ ਪੰਜਾਬ ਹੋਵਾਂ ਚਾਹੇ ਮੈਂ ਪ੍ਰਧਾਨ ਮੰਤਰੀ ਵੀ ਹੋਵਾਂ ਪਰ ਮੈਂ ਮੁੱਖ ਮੰਤਰੀ ਪੰਜਾਬ ਜ਼ਰੂਰ ਹੋਵਾਂ ਉਹ ਉਹ ਥਿਊਰੀ ਦੇ ਤਹਿਤ ਭਗਵੰਤ ਮਾਨ ਵੀ ਜੁੜੇ ਹੋਏ ਨੇ ਭਗਵੰਤ ਮਾਨ ਨੂੰ ਵੀ ਲੱਗਦਾ ਵੀ ਪਾਈ ਐਮਪੀ ਦਾ ਠੀਕ ਆ ਮੈਂ ਐਮਪੀ ਹੈਗਾ ਮੈਂਬਰ ਪਾਰਲੀਮੈਂਟ ਹੈਗਾ ਪਰ ਮੈਂ ਕਿਤੇ ਨਾ ਕਿਹਾ ਜੇ ਮੁੱਖ ਮੰਤਰੀ ਹੋਵਾਂਗਾ ਤਾਂ ਗੱਲੇ ਕੁਝ ਹੋਰ ਹੋਊਗੀ ਲੋਕਾਂ ਦੀ ਆਵਾਜ਼ ਵੀ ਇਹੀ ਇੱਕ ਸਿਕ ਪਾਵਰ ਇੱਕ ਪਾਵਰ ਜਿਹੜੀ ਹੁੰਦੀ ਆ ਦੇਖੋ ਜੇ ਤੁਸੀਂ ਗੱਲ ਕਰੋ ਤਾਂ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਜਿਹੜੇ ਕਹਿੰਦੇ ਨੇ ਖਾਸ ਕਰਕੇ ਇੱਕ ਬਿਆਨ ਦੇ ਵਿੱਚ ਜਿਹੜਾ ਕਈ ਲੋਕ ਅਰਵਿੰਦ ਕੇਜਰੀਵਾਲ ਦਾ ਕਹਿ ਰਹੇ ਸੀ ਹਜੇ ਤੱਕ ਉਹਦੀ ਪੁਸ਼ਟੀ ਨਹੀਂ ਹੈਗੀ ਕਿ ਭਗਵੰਤ ਮਾਨ 'ਚ ਸਮਰੱਥਾ ਨਹੀਂ ਹੈਗੀ ਮੁੱਖ ਮੰਤਰੀ ਵਾਲੀ ਵੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹਾਲਾਂਕਿ ਉਹਨਾਂ ਦੀ ਕਿਤੇ ਅਫੀਸ਼ੀਅਲ ਪੋਸਟ ਨਹੀਂ ਦੇਖੀ ਗਈ ਪਰ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਨਜ਼ਰ ਆ ਰਹੀ ਸੀ ਪਰ ਭਗਵੰਤ ਮਾਨ ਜੇਕਰ ਸੀਐਮ ਦੇ ਨਹੀਂ ਆਉਂਦੇ ਜਾ ਉਹਨਾਂ ਨੂੰ ਕੋਈ ਵੱਡੇ ਅਹੁਦੇ ਨਹੀਂ ਦੇਖਿਆ ਤਾਂ ਟੁੱਟਣਗੇ ਭਗਵੰਤ ਮਾਨ ਵੀ ਇਹ ਮੈਂ ਗਾਰੰਟੀ ਦਿੰਦਾ ਅੱਜ ਹੀ ਟੁੱਟਣਗੇ ਕੱਲ ਟੁੱਟੇ ਜਾਣਗੇ ਪਰ ਟੁੱਟਣਗੇ ਭਗਵੰਤ ਮਾਨ ਵੀ ਕਿਉਂਕਿ ਭਗਵੰਤ ਮਾਨ ਵੀ ਆਪਣੇ ਆਪਣੇ ਉਮੀਦਵਾਰ ਦਾਵੇਦਾਰ ਲਈ ਬੈਠੇ ਨੇ ਪੱਗ ਵੀ ਤੁਸੀਂ ਦੇਖਿਆ ਅੱਜਕੱਲ ਪੱਗ ਵੀ ਬੜੀ ਪੋਚ ਕੇ ਬੰਨਣਾ ਕਿਉਂਕਿ ਗੱਲ ਇਹ ਸੀ ਨਾ ਵੀ ਸਿੱਖ ਚੈਰਾ ਉਹ ਸਿੱਖ ਬਣਨ ਦੇ ਤਿਆਰੀ ਦੇ ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਜੇਕਰ ਨਾ ਕੀਤਾ ਗਿਆ ਪਰ ਪ੍ਰੋਬਲਮ ਇਹ ਆ ਰਹੀ ਆ ਆਮ ਆਦਮੀ ਪਾਰਟੀ ਦੀ ਗੁਰਪੇ ਜੀ ਕਿ ਆਮ ਆਦਮੀ ਪਾਰਟੀ ਪੰਜਾਬ ਤੋਂ ਤਾਂ ਚੱਲਦੀ ਹੋਣੀ ਜਲਦੀਓ ਦਿੱਲੀ ਤੋਂ ਸਾਰੀ ਪਾਰਟੀ ਜੇ ਦਿੱਲੀ ਤੋਂ ਹਰ ਫੈਸਲਾ ਦਿੱਲੀ ਤੋਂ ਆਉਂਦਾ ਆ ਹਰ ਚੀਜ਼ ਇਹਦੇ ਵਿੱਚ ਪਿੱਛੇ ਜੇ ਤੁਸੀਂ ਦੇਖੋ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਦੀ ਮੈਂ ਗੱਲ ਕਰਾਂ ਜਦ ਸੇਖਵਾ ਉਹਨਾਂ ਨੂੰ ਮਿਲਣ ਅਰਵਿੰਦ ਕੇਜਰੀਵਾਲ ਪਹੁੰਚੇ ਸੀ ਤਾਂ ਉਹਨਾਂ ਨੂੰ ਜਦ ਮਿਲ ਪਾਉਂਦੇ ਉੱਥੇ ਉਤਨ ਸੁਆਗਤ ਦੇ ਵਿੱਚ ਜਾਂ ਉਹਨੇ ਵੈਲਕਮ ਲਈ ਜਾਂ ਉਹਨਾਂ ਰਿਸੀਵਿੰਗ ਦੇ ਵਿੱਚ ਭਗਵੰਤ ਮਿਸਿੰਗ ਰਹਿੰਦੇ ਨੇ ਇਹ ਚੀਜ਼ਾਂ ਜਿਹੜੀਆਂ ਨੇ ਵੱਡੀਆਂ ਮਤਲਬ ਇਸ਼ਾਰੇ ਦੇ ਰਹੀਆਂ ਨੇ ਜਾਏ ਕਹਿੰਦੇ ਵੀ ਨਾਰਾਜ਼ਗੀ ਨਹੀਂ ਹੁੰਦੀ ਜਿਵੇਂ ਰੁੱਸੇ ਜਾਂਦਾ ਬੰਦਾ ਵੀ ਮੈਂ ਨਹੀਂ ਤੁਹਾਡੇ ਆਉਂਦਾ ਭਾਈ ਫਿਰ ਉਹ ਅਗਲਾ ਪੁੱਛਦਾ ਵੀ ਤੂੰ ਰੁੱਸਿਆ ਕਾਤੇ ਆ ਫਿਰ ਉਸੇ ਹੋਏ ਨੂੰ ਜਾਂ ਕਈ ਵਾਰ ਕੀ ਹੁੰਦਾ ਵਿਆਹ ਹੁੰਦਾ ਹੁੰਦਾ ਨਾ ਤਾਂ ਜੀਜਾ ਜਾਂ ਫੁੱਫੜ ਜਿਹੜੇ ਨੇ ਉਹ ਰੁੱਸ ਜਾਂਦੇ ਨੇ ਰੁੱਸ ਕੇ ਕਿਉਂ ਕੀ ਰੁੱਸਣ ਦਾ ਮਤਲਬ ਕੀ ਹੁੰਦਾ ਰੁੱਸਣ ਚ ਇਹ ਥੋੜਾ ਵੀ ਪਾਈ ਉਹਨਾਂ ਨੂੰ ਕੋਈ ਚੀਜ਼ ਦੀ ਘਾਟ ਛੜਦੀ ਰੁੱਸ ਕੇ ਉਹਨਾਂ ਨੇ ਇਹ ਜਤਾਉਣਾ ਹੁੰਦਾ ਵੀ ਅਸੀਂ ਉੱਚੇ ਅਹੁਦੇ ਦੇ ਆ ਘਰ ਦੇ ਵਿੱਚ ਜੀਜਾ ਵੀ ਕਹਿੰਦਾ ਮੈਂ ਉੱਚੇ ਅਹੁਦੇ ਦਾ ਤਾਂ ਫੁੱਫੜ ਵੀ ਕਹਿੰਦਾ ਮੈਂ ਉੱਚੇ ਅਹੁਦੇ ਦਾ ਘਰ ਦੇ ਵਿੱਚ ਸੋ ਉਹ ਥਿਊਰੀ ਭਗਵੰਤ ਮਾਨ ਨੇ ਫੜੀ ਹੋਈ ਕਹਿਣਾ ਕਿ ਉਹ ਥੋੜੀ ਕੁੜੀ ਨੂੰ ਵੀ ਮੈਂ ਨਾਲੇ ਲੈ ਜਾ ਬਰਾਤ ਨਹੀਂ ਜਾਣਾ ਸੀ ਉਹ ਚੀਜ਼ਾਂ ਕਰਕੇ ਭਗਵੰਤ ਮਾਨ ਦਿਖਾ ਰਹੇ ਨੇ ਸੋ ਭਗਵੰਤ ਮਾਨ ਨੂੰ ਮਨਾਉਣਾ ਜ਼ਰੂਰੀ ਹੋਵੇਗਾ ਸਮਝਾਉਣਾ ਵੀ ਜ਼ਰੂਰੀ ਹੋਵੇਗਾ ਜੇਕਰ ਕਿਤੇ ਇੱਥੇ ਤੱਕ ਚਰਚਾਵਾਂ ਚੱਲ ਪਈਆਂ ਨੇ ਪੰਜਾਬ ਦੇ ਵਿੱਚ ਕਿਤੇ ਸੇਖਵਾ ਨੂੰ ਸੀਐਮ ਫੈਸਲੇ ਹੀ ਨਾ ਲੈ ਆਉਣ ਇੱਥੇ ਤੱਕ ਵੀ ਚਰਚਾਵਾਂ ਹੈਗੀਆਂ ਹਾਲਾਂਕਿ ਇਸ ਉੱਤੇ ਅਜੇ ਕੋਈ ਵਿਰਾਮ ਨਹੀਂ ਹੈਗਾ ਪਰ ਚਰਚਾਵਾਂ ਨੇ ਪਰ ਉਹਦੇ ਵਿੱਚ ਭਗਵੰਤ ਮਾਨ ਜ਼ਰੂਰ ਹਰਟ ਹੋਣਗੇ ਪਰ ਇਸ ਦੇ ਨਾਲ ਹੀ ਜਸਪ੍ਰੀ ਜੀ ਜੇਕਰ ਗੱਲ ਕੀਤੀ ਜਾਏ ਤਾਂ ਆਖਿਰਕਾਰ ਕਾਰਨ ਕੀ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਐਲਾਨ ਰਹੀ ਕਿ ਸ਼ਾਇਦ ਆਮ ਆਦੀ ਪਾਰਟੀ ਹਾਈ ਕਮਾਂਡ ਨੂੰ ਜਾਂ ਫਿਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਜੇਕਰ ਅਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਤੌਰ ਤੇ ਅਜਾ ਪੰਜਾਬ ਦੇ ਵਿੱਚ ਪੇਸ਼ ਕਰਤਾ ਤਾਂ ਅੰਦਰੂਗਤੀ ਕਿਤੇ ਜੋ ਡਿਸੀਪਲਿਨ ਵਿੱਚ ਬਗਾਵਤ ਨਾ ਹੋ ਜਵੇ ਜ ਖਾਸ ਤੌਰ ਤੇ ਕਈ ਅਜਿਹੇ ਚਿਹਰੇ ਹੈਗੇ ਨੇ ਜਿਹੜੇ ਨਹੀਂ ਚਾਹੁੰਦੇ ਹੈਗੇ ਕਿ ਉਹ ਅੰਤਮਾਨ ਅੱਗੇ ਆਉਣ ਪਰ ਮੈਂ ਇੱਕ ਕੱਲ ਦੇਖਾਂ ਜੇ ਓਵਰਆਲ ਅਸੀਂ ਨਜ਼ਰ ਮਾਰਦੇ ਹਾਂ ਤਪਕਵੰਤ ਮਾਨ ਨੂੰ ਸਾਹਮਣੇ ਖੜ ਕੇ ਮਤਲਬ ਇਗਨੋਰ ਕਰਨੇ ਵਾਲਾ ਜਾਂ ਖਿਲਾਫ ਬੋਲਣੇ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਕਿਉਂਕਿ ਸੁਖਪਾਲ ਖੈਰਾ ਸੀ ਉਹ ਪਰੇ ਹੋ ਚੁੱਕੇ ਨੇ ਤੇ ਰਹੀ ਗੱਲ ਬਾਕੀਆਂ ਦੀ ਤੇ ਬਾਕੀ ਤਾਂ ਕੋਈ ਮੈਨੂੰ ਲੱਗਦਾ ਨਹੀਂ ਹਜ ਤੱਕ ਕੋਈ ਹੈਗਾ ਐਡਾ ਤਕੜਾ ਵੀ ਜਿਹੜਾ ਸਾਹਮਣੇ ਫੇਸ ਕਰ ਜਵੇ ਬਾਕੀ ਪਰ ਰਵਿੰਦ ਕੇਜਰੀਵਾਲ ਨੂੰ ਤਕੜੇ ਹੋਣ ਦੀ ਲੋੜ ਆ ਦੇਖੋ ਅਰਵਿੰਦ ਕੇਜਰੀਵਾਲ ਹਰ ਇੱਕ ਸੀਟ ਹਰ ਇੱਕ ਪੋਸਟ ਹਰ ਇੱਕ ਜਗ੍ਹਾ ਦੇ ਉੱਤੇ ਤੁਬੀਦਾ ਪੈਦਾ ਕਰੇ ਹੋਏ ਨੇ ਹਰ ਇੱਕ ਅੱਛਾ ਪ੍ਰਧਾਨ ਬਹੁਤ ਨੇ ਉਹਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਆ ਜਿਹੜੇ ਉਹ ਫੈਸਲਾ ਲੈਣ ਲੱਗਦੇ ਆ ਉਹਦੇ ਨਾਲ 10 ਹੋਰ ਜੋੜੇ ਜਾਂਦੇ ਨੇ ਫੈਸਲਾ ਦੇ ਵਿੱਚ ਜਿਵੇਂ ਤੁਸੀਂ ਇਹ ਤਾਂ ਫਿਰ ਸੀਐਮ ਦੀ ਗੱਲ ਕਰ ਲੈਣਾ ਤੁਸੀਂ ਇੱਕ ਸੀਟ ਦੀ ਕਿਸੇ ਵੀ ਇਲਾਕੇ ਦੀ ਇੱਕ ਸੀਟ ਫੜ ਲਓ ਕਿਸੇ ਵੀ ਇਲਾਕੇ ਦੀ ਤੁਸੀਂ ਮਲੋਧਿ ਅਮਲੋਹ ਦੀ ਇੱਕ ਸੀਟ ਫੜ ਲਓ ਅਮਲੋਹ ਦੇ ਵਿੱਚ ਵੀ ਮੈਨੂੰ ਲੱਗਦਾ ਆ ਕਿ ਚਾਰ ਤੋਂ ਪੰਜ ਕੈਂਡੀਡੇਟ ਹੋ ਜਾਣਗੇ ਆਮ ਆਦਮੀ ਪਾਰਟੀ ਦੇ ਜਿਹੜੇ ਦਾਅਵੇਦਾਰੀ ਦਾਅਵੇਦਾਰੀ ਪੇਸ਼ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਉਂਕਿ ਉਹਨੂੰ ਥਾਪੜੇ ਮਿਲਦੇ ਨੇ ਜੇ ਮੈਂ ਦਿੱਲੀ ਚਲੇ ਗਿਆ ਮੈਨੂੰ ਮੈਂ ਕਹਾਂ ਜੀ ਵੀ ਮੈਂ ਆਮ ਆਦਮੀ ਪਾਰਟੀ ਦੇ ਵਿੱਚੋਂ ਖੜਨਾ ਜੀ ਹਾਂ ਹਾਂ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਕੰਮ ਕਰੋ ਤੁਸੀਂ ਤੁਹਾਨੂੰ ਖੜਾਵਾਂਗੇ ਮੈਂ ਵੀ ਤਕੜਾ ਆ ਗਿਆ ਦੂਜਾ ਵੀ ਤਕੜਾ ਹੋ ਗਿਆ ਤੀਜਾ ਵੀ ਉਹਦੇ ਦਾ ਨੁਕਸਾਨ ਕੀ ਹੁੰਦਾ ਹੈ ਜਦ ਅਸੀਂ ਪਹਿਲਾਂ ਹੀ ਅਸੀਂ ਕਲੀਅਰ ਕਰਦੇ ਆ ਵੀ ਨਹੀਂ ਜੀ ਸਾਡਾ ਕੈਂਡੀਡੇਟ ਉਹ ਹੈਗਾ ਤੁਸੀਂ ਵਰਕਰ ਦੇ ਤੌਰ ਤੇ ਦੇ ਨਾਲ ਜੁੜੋ ਉਹਨੂੰ ਜਿਤਾ ਕੇ ਲੈ ਕੇ ਆਓ ਆਪਾਂ ਤੁਹਾਡੇ ਆਲਕਰੇ ਤੁਹਾਡਾ ਸੁਣਾਗੇ ਇਹ ਹੁੰਦਾ ਕੰਮ ਅਸੀਂ ਕਿ ਕਰਾਂਗੇ ਜਦੋਂ ਚਾਰ ਬੰਦੇ ਖੜੇ ਹੋ ਗਏ ਨੇ ਉਹਨਾਂ ਵਿੱਚੋਂ ਇੱਕ ਨੂੰ ਸੀਟ ਮਿਲ ਗਈ ਮਿਲ ਗਈ ਚਾਰਨ ਤਾਂ ਦੇ ਨਹੀਂ ਸਕਦੇ ਜਿਹੜੇ ਤਿੰਨ ਖੜੇ ਨੇ ਜੀ ਤਿੰਨ ਦੇ ਨਾਲ ਕਿੰਨੇ ਜੁੜੇ ਹੋਣਗੇ ਆਲੇ-ਦਾਲੇ ਆਲੇ ਤੇ ਕਿੰਨੇ ਉਹਨਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਣਗੇ ਉਹ ਚੀਜ਼ਾਂ ਟੁੱਟਣਗੀਆਂ ਨਹੀਂ ਉਹ ਵਿਰੋਧ ਨਹੀਂ ਜਾਣਗੇ ਨੁਕਸਾਨ ਕਿਹਨੂੰ ਹੋਊਗਾ ਆਮਦਨੀ ਪਾਰਟੀ ਨੂੰ ਜਿਹੜਾ ਜੇ ਮੰਨ ਲਓ ਤੁਸੀਂ ਤੇ ਮੈਂ ਦੋ ਇੱਕ ਸੀਟ ਲਈ ਲੜਦੇ ਪਏ ਆ ਤੁਹਾਨੂੰ ਸੀਟ ਮਿਲ ਗਈ ਮੈਨੂੰ ਸੀਟ ਨਹੀਂ ਮਿਲੀ ਮੈਂ ਤੁਹਾਡਾ ਵਿਰੋਧ ਚਾਹੇ ਉੱਪਰ-ਉੱਪਰ ਨਾ ਕਰਾਂ ਅੰਦਰੋਂ-ਅੰਦਰ ਹੀ ਸਾਰੇ ਪਾਸੇ ਵਿਰੋਧ ਕਰੂੰਗਾ ਕਰੂੰਗਾ ਇਹਦਾ ਨਤੀਜਾ ਸੀ ਅਮਲੋ ਸੀਟ ਦੇ ਉੱਤੇ ਪਹਿਲਾਂ ਇਥੇ ਗੱਲ ਕਰਾਂ ਤਾਂ ਚਗਦੀਪ ਚੀਮਾ ਉਸ ਉੱਥੇ ਦੇ ਜਿਹੜੇ ਇੰਚਾਰਜ ਸੀ ਤੇ ਰਾਜੂ ਖੰਨੇ ਨੂੰ ਲਿਆ ਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿਹੜੇ ਐਸਵਾਈ ਦੇ ਪਹਿਲਾ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੂੰ ਲਿਆ ਕੇ ਉੱਥੇ ਲਾ ਦਿੱਤਾ ਜਾਂਦਾ ਤੇ ਵੋਟਾਂ ਲੜਨ ਲਈ ਉਹਨਾਂ ਨੂੰ ਮੂਹਰੇ ਕੀਤਾ ਜਾਂਦਾ ਹੈ ਨਤੀਜਾ ਕੀ ਨਿਕਲਦਾ ਜਿੰਨਾ ਚੀਮਾ ਦੇ ਗਰੁੱਪ ਦੇ ਬੰਦੇ ਹੁੰਦੇ ਨੇ ਜਗਦੀਪ ਜੀ ਈਮਾ ਦੇ ਉਹ ਰਾਜੂ ਖੰਨੇ ਤੋਂ ਪਾਸਾ ਵਟ ਦਿੰਦੇ ਨੇ ਅਕਾਲੀ ਅਕਾਲੀ ਨੂੰ ਵੱਡਣਾ ਸ਼ੁਰੂ ਕਰ ਦਿੰਦੇ ਨੇ ਉਹੀ ਕਹਿਣਾ ਸ਼ੁਰੂ ਕਰਦੇ ਵੀ ਕਾਂਗਰਸ ਨਹੀਂ ਤਾਂ ਜੋ ਹਾਲਾਤ ਪਿਛਲੀਆਂ ਵੋਟਾਂ ਚ ਬਣੇ ਸੀ ਕਾਕੇ ਰਣਦੀਪ 1% ਤੋਂ ਜਿੱਤਣ ਦੇ ਚਾਂਸ ਨਹੀਂ ਸੀਗੇ ਅਮਲੋਬ ਦੇ ਹਲਕੇ ਦੀ ਮੈਂ ਗੱਲ ਕਰ ਰਿਹਾ ਤੇ ਉਹਦੇ ਵਿੱਚ ਜਿਹੜਾ ਆ ਜਗਦੀਪ ਚੀਮਾ ਦੇ ਆ ਨਾਉ ਦੇ ਨਾਲ ਨੁਕਸਾਨ ਕਿਰੋਂ ਪਹੁੰਚਿਆ ਪਾਰਟੀ ਨੂੰ ਉਹੀ ਕਾਮ ਆਦਮਾ ਆਮਦ ਵੀ ਪਾਰਟੀ ਕਰ ਰਹੀ ਆ ਹਰ ਸੀਟ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਇਹਨੇ ਬੱਬਲ ਪੂਸੇ ਦੇ ਵਿੱਚ ਲੋਕਾਂ ਨੂੰ ਪਾਇਆ ਹੋਇਆ ਇਹ ਨਹੀਂ ਕਲੀਅਰ ਹੋ ਰਿਹਾ ਵੀ ਕੌਣ ਬੰਦਾ ਕਿੱਥੋਂ ਲੜੂ ਕਿੱਥੋਂ ਖੜੂ ਤੇ ਕੌਣ ਇੱਥੇ ਪਾਰਟੀ ਚ ਕੌਣ ਬਾਹਰ ਕੌਣ ਅੰਦਰ ਇਹ ਤਰੀਕੇ ਨਾਲ ਨੁਕਸਾਨ ਇਹ ਗੱਲ ਕਹਿ ਸਕਦਾ ਹਾਂ ਕਿ ਕੱਲੀ ਮੁੱਖ ਮੰਤਰੀ ਨੂੰ ਲੈ ਕੇ ਨਹੀਂ ਆ ਤੇ ਡਿਕਟਾਂ ਦੀ ਵੰਡ ਨੂੰ ਲੈ ਕੇ ਵੀ ਲਗਾਤਾਰ ਦੁਚਿੱਤੀ ਵਿੱਚ ਫਸੀ ਹੋਈ ਆ ਆਮ ਆਦਮੀ ਪਾਰਟੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਕੀ ਮੰਨਦੇ ਹੋ ਕਾਰਨ ਕਿ ਇਹਨਾਂ ਕੋਲ ਸਟ੍ਰੈਟਜੀ ਨਹੀਂ ਹੈਗੀਆਂ ਉਸ ਸਾਹਿਬ ਦੀਆਂ ਰਣਨੀਤੀਆਂ ਨਹੀਂ ਹੈਗੀਆਂ ਜਾਂ ਫਿਰ ਹੁਣ ਸਾਰੇ ਪਿੰਡ ਮਿੱਤਰਾਂ ਦਾ ਜਿਵੇਂ ਮੈਂ ਪਿਆਪੀ ਕਹਾਂ ਕਿ ਸਾਰੇ ਪਿੰਡ ਮਿੱਤਰਾਂ ਦਾ ਹੋ ਗਿਆ ਕਿ ਸਾਨੂੰ ਵੀ ਡੇਟ ਦੇ ਦੋ ਸਾਨੂੰ ਵੀ ਡੇਟ ਦੇ ਤਾ ਹੋਇਆ ਗੁਰਪ੍ਰੀਤ ਜੀ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚੋਂ ਕੋਈ ਸਥੋਸਿਕ ਟੀਮ ਨਹੀਂ ਬਣਾਈ ਇੱਕ ਮਾਈ ਬਾਪ ਨਹੀਂ ਬਣਾਇਆ ਪੰਜਾਬ ਦਾ ਜਿੰਨੇ ਵੀ ਬਣਾਏ ਨੇ ਇਹਨਾਂ ਨੇ ਕਟਪੁਤਲੀਆਂ ਜੀ ਜਿੰਨੇ ਵੀ ਪੜੇ ਨੇ ਕਲੀਅਰਲੀ ਮੈਂ ਗੱਲ ਕਰਦਾ ਜਿਹੜਾ ਵੀ ਕੋਈ ਖੜਾ ਨਜ਼ਰ ਆਇਆ ਕੋਈ ਬੜਾ ਬੜਾ ਨਜ਼ਰ ਆਇਆ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਹੈ ਜਦ ਤੱਕ ਦਿੱਲੀ ਠੀਕ ਹੈ ਤੁਸੀਂ ਦਿੱਲੀ ਦੇ ਉੱਤੋਂ ਚੱਲਦੀ ਹੈ ਜਿਵੇਂ ਹੁਣ ਕਾਂਗਰਸੇ ਲਾ ਲੋ ਦਿੱਲੀ ਦੇ ਉੱਤੋਂ ਮੈਂ ਕਹਿੰਦਾ ਦਿੱਲੀ ਤੋਂ ਚੱਲਦੀ ਹੈ ਮੰਨ ਲੈਂਦੇ ਆ ਦਿੱਲੀ ਕਮਾਂਡ ਚਲਾਉਂਦੀ ਹੈ ਕਾਂਗਰਸ ਦੀ ਕਹੋ ਕਿ ਪਰ ਉਹਦੇ ਇੱਥੇ ਨੁਮਾਇੰਦਾ ਦਾ ਬੈਠਾ ਨਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਤਗੜੇ ਜ਼ਾਬੇਦਾਰੀ ਦਾ ਬੈਠਾ ਜਿਹਦੇ ਥੱਲੇ ਟੀਮ ਸੰਭਾਲਣ ਨੂੰ ਬੈਠਾ ਉਹ ਜਿਹੜਾ ਕੈਪਟਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਹੈ ਹੀ ਨਹੀਂ ਸੀ ਫਿਰ ਉਹਦੀ ਆਮ ਆਦਮੀ ਪਾਰਟੀ ਦੀ ਜਿਹੜੀ ਪਿਕਚਰ ਪੇਸ਼ ਕੀਤੀ ਜਾਂਦੀ ਆ ਉਹ ਸਹੀ ਪਿਕਚਰ ਪੇਸ਼ ਹੋਈ ਹੋਣੀ ਹੈਗੀ ਕਿਤੇ ਵੀ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਇੱਥੇ ਇੱਕ ਟੀਮ ਬਣਾਈ ਜਾਂਦੀ ਦਿੱਲੀ ਤੋਂ ਤੁਸੀਂ ਹਮੇਸ਼ਾ ਬੰਦੇ ਲੈ ਕੇ ਇੱਥੇ ਬਿਠਾ ਦਿੰਦੇ ਹੋ ਜਿਹੜਾ ਬੰਦਾ ਬਾਹਰੋਂ ਆਇਆ ਆਪਾਂ ਨੂੰ ਲਾ ਲਓ ਤੁਸੀਂ ਮੈਂ ਤੁਹਾਨੂੰ ਕਹਾਂਾ ਦਿੱਲੀ ਜਾ ਕੇ ਤੁਸੀਂ ਗੀਤਾ ਕਲੋਨੀ ਜਨਕਪੂਰੀ ਜਾਂ ਪੰਜਾਬੀ ਬਾਗ ਜਾ ਕੇ ਇਲਾਕਿਆਂ ਦੇ ਵਿੱਚੋਂ ਬੰਦੇ ਲਾ ਦੇਣੇ ਨੇ ਬਾਈ ਆਪਣੀ ਪਾਰਟੀ ਦੇ ਤੁਸੀਂ ਜਾਂ ਉਸੇ ਦਾ ਕੇ ਪੁੱਛੋਗੇ ਵੀ ਕਿਹੜੇ ਕਿਹੜੇ ਬੰਦੇ ਆਪਣੇ ਪਾਰਟੀ ਦੇ ਆ ਜਿਹਨੂੰ ਦਿਖਦਾ ਹੋਗਾ ਮੈਂ ਐਮਐਲਏ ਲਈ ਖੜਨਾ ਉਹ ਤਾਂ ਸਾਰੇ ਕਹਿਣਗੇ ਅਸੀਂ ਪਾਰਟੀ ਦੇ ਅਸੀਂ ਮਜ਼ਬੂਤ ਦਾਵੇਦਾਰੀ ਸਾਰੇ ਆਪਣੇ ਦਾਵੇਦਾਰ ਤੁਸੀਂ ਅੰਦਰ ਤਾਂ ਕਹਿੰਦੇ ਨਹੀਂ ਉੱਥੇ ਪਤਾ ਲੱਗਦਾ ਉੱਥੇ ਦੇ ਲੋਕਾਂ ਵੀ ਕੀ ਦੀ ਦਾਵੇਦਾਰੀ ਆ ਕਿਹੜਾ ਪਾਰਟੀ ਨਾਲ ਬਫਦਰ ਨਾਲ ਜੁੜਿਆ ਕਿਹੜਾ ਪਾਰਟੀ ਲਈ ਕੰਮ ਕਰ ਰਿਹਾ ਸੀਟ ਲਈ ਕੰਮ ਨਹੀਂ ਕਰ ਰਿਹਾ ਉਹ ਜੇ ਲੱਭਣ ਲਈ ਲੋਕਲ ਟੀਮ ਦੀ ਲੋੜ ਸੀ ਅਸੀਂ ਲੋਕਲ ਵਿੰਗੇ ਨਹੀਂ ਬਣਾਏ ਟੀਮਾਂ ਨਹੀਂ ਬਣਾਈਆਂ ਅਸੀਂ ਤੁਸੀਂ ਇਹ ਦੇਖੋ ਅਸੀਂ ਜਿਹੜੇ ਮੀਡੀਆ ਸੈੱਲ ਇੱਥੇ ਬਣਾਏ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਹੋਰ ਵਿੰਗ ਬਣਾਏ ਨੇ ਐਸਸੀ ਵਿੰਗ ਬੀਸੀ ਵਿੰਗ ਜਰਨਲ ਵਿੰਗ ਉਹ ਵਿੰਗਾਂ ਦੇ ਆਪਸ ਵਿੱਚ ਤਾਲ ਮਿਲਣੀ ਹੈਗੀ ਤਾਲ ਮਿਲਦੀ ਕਮੀ ਕਰਕੇ ਸਹੀ ਰਿਪੋਰਟ ਅੱਗੇ ਤੱਕ ਜਾਂਦੀ ਨਹੀਂ ਸਹੀ ਰਿਪੋਰਟ ਨਹੀਂ ਜਾਂਦੀ ਉੱਥੇ ਜਾ ਕੇ ਫਿਰ ਦਾਵੇਦਾਰ ਜਿੰਨੇ ਖੜੇ ਹੁੰਦੇ ਨੇ ਉਹਦਾ ਰੋਲਾ ਪੈਣਾ ਹੀ ਪੈਣਾ ਟਿਕਟਾਂ ਦੀ ਸਹੀ ਵੰਡ ਨਹੀਂ ਹੋਣੀ ਹਜੇ ਵੀ ਕਲੀ ਨੇ ਮੈਂ ਮੰਨ ਲਣਾ ਕਿ ਉਹਨਾਂ ਨੂੰ ਦਾਵੇਦਾਰੀ ਤੇ ਲਿਆਉਣ ਗਿਆ ਹਮ ਪਰ ਜਿੱਥੇ ਲੋਕ ਜੁੜੇ ਜਿੱਤੇ ਨਹੀਂ ਹੋਏ ਜਿੱਥੇ ਦਾਵੇਦਾਰੀਆਂ ਤੇ ਹੋਰ ਲੋਕ ਬੜੇ ਹੋ ਸੀ ਜਿਹੜੇ ਅੱਜ ਕੱਲ੍ਹ ਅਕਾਲੀ ਦਲ ਜਾਂ ਕਾਂਗਰਸ ਚ ਵੱਢ ਚੁੱਕੇ ਨੇ ਉੱਥੇ ਤਾਂ ਦੇਖੋ ਕੜਮਾਸੇ ਪੈਣਾ ਹੀ ਪੈਣਾ ਹੈਗਾ ਤੁਸੀਂ ਇਹ ਗਲਤੀ ਅੱਜ ਦੀ ਨੀਤੀਆਂ ਨਹੀਂ ਪੁਰਾਣੀਆਂ ਨੀਤੀਆਂ ਨੇ ਪਿਛਲੀ ਵਾਰ ਦੀ ਟਿਕਟਾਂ ਨਹੀਂ ਵੰਡ ਦੇਖ ਲਓ ਤੁਸੀਂ ਉਹ ਕੈਂਡੀਡੇਟ ਲਿਆ ਕੇ ਇਹਨਾਂ ਨੇ ਉਹ ਇਲਾਕਿਆਂ ਚ ਖੜੇ ਕੀਤੇ ਜਿਨ੍ਹਾਂ ਦਾ ਵਜੂਦ ਹੀ ਨਹੀਂ ਸੀ ਉਹਨਾਂ ਤਾਂ ਹੈ ਹੀ ਸੀ ਪਰਮ ਸੀ ਪਰਮ ਦੇਖੋ ਸੋਸ਼ਲ ਮੀਡੀਆ ਦਾ ਪਰਮ ਜਿਹੜਾ ਉਹ ਠੀਕ ਹੈ ਸੋਸ਼ਲ ਮੀਡੀਆ ਤੇ ਤੁਹਾਡੇ ਨਾਲ ਲੋਕ ਜੁੜਦੇ ਆ ਫੋਲੋਅਰ ਉਹਦੇ ਥੋੜੀ ਕੱਲ ਲੋਕਾਂ ਤੱਕ ਪਹੁੰਚਦੀ ਆ ਪਰ ਰਿਐਲਿਟੀ ਗਰਾਉਂਡ ਦੇ ਉੱਤੇ ਜਾ ਕੇ ਪਤਾ ਲੱਗਦੀ ਆ ਕੌਣ ਕਿੱਥੇ ਖੜਦਾ ਕਿੰਨਾ ਨਹੀਂ ਖੜਦਾ ਇੱਕ ਸੀਨੀਅਰ ਪੱਤਰਕਾਰ ਨੂੰ ਪੁਲਿਸ ਨੇ ਫੜਿਆ ਬੜੇ ਫੋਲੋਅਰ ਸੀ ਉਹਦੇ ਮੈਂ ਨਾਮ ਨੂੰ ਕਲੀਅਰ ਕਰ ਦੇਣਾ ਬਰਤੇਜ ਪੰਨੂ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਭਰਮ ਸੀ ਵੀ ਬੜਾ ਰੌਲਾ ਰੱਸ਼ ਹੋਊਗਾ ਮੇਰੇ ਮਗਰ ਬਹੁਤ ਬੰਦਾ ਖੜਾ ਹੋਊਗਾ ਉਹਦੇ ਲਈ ਕਿਸੇ ਬੰਦੇ ਨੇ ਸਾਨੂੰ ਫੋਨ ਕੀਤਾ ਤੇ ਕਿ ਤੁਸੀਂ ਜਾਓ ਪਟਿਆਲੇ ਘਟੋ ਘਟੋ ਤੇ ਦੋ ਤਿੰਨ ਹਜ਼ਾਰ ਬੰਦਾ ਇਕੱਠਾ ਹੋਊਗਾ ਅੱਜ ਬਰਤੇ ਹੂੰ ਠੀਕ ਆ ਜੀ ਪੱਤਰਕਾਰ ਪਹੁੰਚੇ ਉੱਥੇ ਜੀ ਮੈਚ ਕਹਿੰਦਾ ਜਿਹੜੇ ਪੱਤਰਕਾਰ ਪਹੁੰਚੇ ਦੋ ਚਾਰ ਹੋਈ ਪੱਤਰਕਾਰ ਸੀ ਇੱਕ ਵੀ ਬੰਦਾ ਨਹੀਂ ਸੀ ਜਿੰਨੇ ਇੱਕ ਮਤਲਬ 5000 10000 ਲੱਖਾ ਫਰੈਂਡ ਜਿਹੜਾ ਫੇਸਬੁੱਕ ਤੇ ਨਜ਼ਰ ਆਉਂਦਾ ਨਾ ਉਹ ਫੇਕ ਬੁੱਕ ਤੇ ਨਜ਼ਰ ਆਉਂਦਾ ਫੇਕ ਨੇ ਉਹ ਰੀਅਲ ਨਹੀਂ ਹੁੰਦੇ ਸੋ ਇਹ ਭਰਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਪਹਿਲਾਂ ਜਿਹੜਾ ਹਵਾ ਸੋਸ਼ਲ ਮੀਡੀਆ ਬਹੁਤ ਏ ਸੀ ਉਹ ਭਰਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਗਰਾਊਂਡ ਦੇ ਬੰਦੇ ਤਾਰਤੇ ਹੂੰ ਆਪਣੀ ਮਰਜ਼ੀ ਨਾਲ ਲਿਆ ਲਿਆ ਕੇ ਬੰਦੇ ਸੈੱਟ ਕਰਤੇ ਪਰ ਉਹਨਾਂ ਦਾ ਨਤੀਜਾ ਕੀ ਨਿਕਲਿਆ ਜੀ ਉਹ ਹਾਰ ਗਏ ਜਿਨ੍ਹਾਂ ਨੇ ਵਰਕ ਕੀਤਾ ਉਹ ਜ ਪਰ ਪਰ ਰੋਲਾ ਇਸ ਗੱਲ ਦਾ ਜਸਪ੍ਰੀਤ ਜੀ ਲੋਕ ਜੋ ਆ ਬਦਲ ਦੇ ਤੌਰ ਤੇ ਆਮ ਆਦੀ ਪਾਰਟੀ ਨੂੰ ਦੇਖਦੇ ਸੀ ਜਦੋਂ ਸ਼ੁਰੂਆਤ ਹੋਈ ਆਮ ਆਦੀ ਪਾਰਟੀ ਦੀ ਉਹ 17 ਤੋਂ ਜੋ ਜਿਵੇਂ ਹੀ ਤਾਣੇ ਬਾਣੇ ਬੁਣੇ ਗਏ ਆਮ ਆਦੀ ਪਾਰਟੀ ਦੇ ਸੁਸ਼ੇ ਸਿੰਘ ਛੋਟੇ ਪਰ ਹੋ ਗਿਆ ਹੋਰ ਵੀ ਕਈ ਵਿਅਕਤੀ ਸੀ ਜਿਹੜੇ ਸੀਨੀਅਰ ਸੀ ਭਾਵੇਂ ਪਟਿਆਲੇ ਤੋਂ ਗਾਂਧੀ ਜੀ ਦੀ ਗੱਲਬਾਤ ਕਰ ਲਈ ਜਾਏ ਜਾਂ ਫਿਰ ਐਚਐਸ ਫੂਲ ਕਾ ਦੀ ਗੱਲਬਾਤ ਕਰ ਲਈ ਜਾਏ ਕਮਰ ਸੰਧੂ ਹੋਰਾਂ ਦੀ ਗੱਲਬਾਤ ਕਰ ਲਈ ਜਾਏ ਇਹਨਾਂ ਨੂੰ ਸਾਰਿਆਂ ਨੂੰ ਦਰਕਨਾਰ ਕਰਨ ਦੀ ਕਿਤਨੇ ਕਿਤ ਖਮਿਆਜਾਮ ਦੀ ਪਾਰਟੀ ਤੁਹਾਨੂੰ ਲੱਗਦਾ ਕਿ ਭੁਗਤ ਰਹੀਆਂ ਜਾਂ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈ ਸਕਦਾ ਜਾਂ ਇਹਨਾਂ ਕੋਲ ਛੇੜਾ ਹੀ ਨਹੀਂ ਹੈ ਦੇਖੋ ਦੇ ਭੁਗਤ ਵੀ ਰਹੀ ਹੈ ਭੁਗਤਣਾ ਹੀ ਪੈ ਸਕਦੇ ਦੇਖੋ ਕਿੱਡੇ ਕਿੱਡੇ ਤੁਸੀਂ ਦਿਗਜਾਂ ਦੇ ਨਾਮ ਦਿੱਤੇ ਨੇ ਇਹਨਾਂ ਚੋਂ ਇੱਕ ਵੀ ਦਿਗਜ ਕਿਸੇ ਸੀਐਮ ਬਣਨ ਦੇ ਕਾਬਿਲ ਨਹੀਂ ਸੀ ਸਾਰੇ ਪੜੇ ਲਿਖੇ ਆਪ ਕੋ ਆਪਣੇ ਫੀਲਡ ਦੇ ਮਾਹਿਰ ਸੀ ਤਾਂ ਅੰਬੀਰ ਹੁਣ ਗਾਂਧੀ ਦੀ ਗੱਲ ਕੀਤੀ ਹੈ ਕਿੱਡੇ ਮਾਹਿਰ ਕਿੱ ਉਸ ਤੋਂ ਬਾਅਦ ਅਚਨ-ਫੁਲਕਾ ਦੀ ਗੱਲ ਕੀਤੀ ਆ ਜਿਹੜੇ ਬੰਦੇ ਏਡੇ-ਏਡੇ بڑے ਕੇਸ ਲੜਦੇ ਨੇ ਤਾਂ ਜਿਹੜਾ ਆਦਾਂ ਨੇ ਲੋਕਾਂ ਦੀ ਕੀ ਉਹ ਸੀਐਮ ਦੇ ਲਈ ਨਹੀਂ ਵਧੀਆ ਇਹਨਾਂ ਨੂੰ ਘੇਰ ਸਕਦੇ ਸੀ ਬਾਕੀ ਪਾਰਟੀਆਂ ਨੂੰ ਤੁਸੀਂ ਇਹਨਾਂ ਦੀ ਕਵਰ ਸੰਧੂ ਹੋਣਾਂ ਦੀ ਗੱਲ ਕੀਤੀ ਫਟ ਸੀਨੀਅਰ ਜਰਨਲਿਸਟਾਂ ਸੁੱਲਝੇ ਹੋਏ ਇਨਸਾਨ ਸੀ ਕੀ ਉਹ ਨਹੀਂ ਘੇਰ ਸਕਦੇ ਸੀ ਬਹੁਤ ਸਾਰੇ ਇਹ ਜੇ ਹੈਗੇ ਸੀਗੇ ਜਿਹੜੇ ਹੈਗੇ ਸੀਗੇ ਹੀ ਕਵਾਂਗਾ ਮੈਂ ਉਸ ਛੱਡ ਚੁੱਕੇ ਕੋ ਛੱਡਣ ਦੇ ਕਿਨਾਰੇ ਨੇ ਕੁਝ ਕੁੰਝੇ ਲਾ ਦਿੱਤੇਗੇ ਮੈਂ ਕੁਝ ਦਰਕਨਾਰ ਹੋ ਗਿਆ ਤੇ ਉਹ ਲੋਕਾਂ ਨੂੰ ਕੀ ਤੁਸੀਂ ਉਹਨਾਂ ਲੋਕਾਂ ਤੋਂ ਫਿਰ ਉਮੀਦ ਚਾਹਰ ਕਰਦੇ ਹੋ ਠੀਕ ਹੈ ਨਾ ਜਦ ਤੁਸੀਂ ਇਹਦੇ ਸੀਨੀਅਰ ਲੋਕਾਂ ਨੂੰ ਪਰੇ ਕਰ ਗਲੇ ਆ ਰਹੇ ਹੋ ਵੀ ਆ ਬੰਦਾ ਪਾਰਟੀ ਤੋਂ اشپارشی ਕੋਟੇ ਆ ਗਏ ਨੇ ਫਿਰ ਕਿਵੇਂ ਥੋੜੀ ਪਾਰਟੀ ਚੱਲੂਗੀ ਦੇਖੋ ਇਹ ਉਮੀਦ ਸੀ ਲੋਕਾਂ ਦੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਇੱਕ ਆਮ ਉਮੀਦ ਵੀ ਮੇਰੇ ਲੋਕ ਚਾਹੁੰਦੇ ਸੀ ਵੀ ਮੇਰੇ ਚੋਂ ਹੀ ਨਿਕਲਿਆ ਹੋਇਆ ਬੰਦਾ ਆ ਵੀ ਜਿੱਤੇ ਜਿੱਤੇ ਨਹੀਂ ਤੁਸੀਂ ਦੇਖੋ ਵੀ ਇਹ ਵੇਵ ਇਹ ਆਪਣੇ ਕੁਝ ਏਰੀਆ ਚ ਚੱਲੀ ਆ ਤੇ ਉੱਥੇ ਲੋਕ ਉਹ ਲੋਕਾਂ ਨੇ ਚਲਾਏ ਜਿਹੜੇ ਪੜੇ ਲਿਖੇ ਵਰਗ ਸੀ ਜਿਹੜੇ ਸੋਚਦੇ ਸੀ ਅਸੀਂ ਬਦਲਾਵ ਲਿਆਵਾਂਗੇ ਪਰ ਉਹ ਪੜੇ ਲਿਖੇ ਵਰਗ ਦਾ ਕੀ ਬਣਿਆ ਉਹਨਾਂ ਦੀ ਚੁਣੀ ਹੋਈ ਜਿਹੜੇ ਲੋਕ ਸੀ ਨੁਮਾਇੰਦੇ ਸੀ ਉਹ ਸਹੀ ਕੰਮ ਨਹੀਂ ਕਰ ਪਾਏ ਕੱਲੇ ਭਗਵੰਤ ਮਾਨ ਨੇ ਲੱਗੇ ਰਹੇ ਬਾਕੀ ਤੁਸੀਂ ਦੱਸ ਦੋ ਕਿ ਇਹਨੇ ਕੀ ਕਰ ਲਿਆ ਤੇ ਉਹ ਉਹ ਲੱਗੇ ਰਹੇ ਨਮਈ ਸਸੇ ਚ ਵਾਜਾਂ ਚੁੱਕੀਆਂ ਸਾਰੀਆਂ ਹਾਂ ਉਸ ਤੋਂ ਬਾਅਦ ਨਹੀਂ ਕਰ ਪਾਏ ਉਸ ਤੋਂ ਤੇ ਰਿਜ਼ਲਟ ਕੀ ਨਿਕਲਿਆ ਕਿ ਲੋਕਾਂ ਦੀ ਉਮੀਦ ਟੁੱਟੀ ਫਿਰ ਵਿਦੇਸ਼ੀਆਂ ਦੇ ਵਿੱਚ ਇਹਨਾਂ ਨੇ ਹੰਬੜਾ ਮਾਰਿਆ ਵਿਦੇਸ਼ਾਂ 'ਚ ਗਏ ਵਿਦੇਸ਼ਾਂ 'ਚੋਂ ਪੈਸਾ ਇਕੱਠਾ ਕੀਤਾ ਹੰਬੜਾ ਬਚਾ ਲੋਕਾਂ ਨੇ ਬਹੁਤ ਪੈਸਾ ਭੇਜਿਆ ਤੇ ਰਾਮ ਆਦਮੀ ਪੜੇ ਕਰੋੜਾ ਕਰੋੜਾ ਫਿਰ ਉਹਨਾਂ ਦੇ ਮੂਹਰੇ ਨੁਮਾਇੰਦੇ ਪੈਸੇ ਪਈ ਗਈ ਕਈ ਕਈ ਪੈਸੇ ਉਹਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਤਕਰਾਰ ਲਈ ਲਾਇਆ ਗਿਆ ਕਿੱਥੇ ਵਿਚਾਰ ਲਈ ਲਾਇਆ ਗਿਆ ਕੁਝ ਨਹੀਂ ਪਤਾ ਕੀ ਕੋਈ ਹਿਸਾਬ ਨਹੀਂ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਆਮਦਵੀ ਪਾਰਟੀ ਫੇਰ ਕੀ ਉਸ ਕੀ ਗੁਰਪ੍ਰੀਤ ਜੀ ਪਾਰਟੀ ਬਣਾਉਣ ਲਈ ਪਹਿਲਾਂ ਵਰਕਰ ਬਣਨਾ ਜ਼ਰੂਰੀ ਹੈ ਹਮ ਵਰਕਰ ਵਰਕਰ ਮਿਲ ਕੇ ਇੱਕ ਪਾਰਟੀ ਬਣਾਉਂਦੇ ਨੇ ਜੇ ਜੇ ਤੁਸੀਂ ਕੋਈ ਸਾਰੀ ਪ੍ਰਧਾਨ ਆ ਜਾਣਗੇ ਫੇਰ ਪੱਕਾ ਮਕੌਨ ਕਰੂਗਾ ਪਾਰਟੀ ਦਾ ਕੰਮ ਕਰੂ ਤਾਂ ਤਿਆਰ ਕੋਈ ਨਹੀਂ ਪ੍ਰਧਾਨ ਹਰ ਕੋਈ ਇੱਥੇ ਬਣਿਆ ਦੇਖੋ ਜੀ ਇੱਕ ਤਾਂ ਹੈਗਾ ਜਿਹੜਾ ਵਰਕਰ ਕਈ ਲੰਬੇ ਸਮੇਂ ਤੋਂ ਵਰਕਿੰਗ ਕਰ ਰਿਹਾ ਪਾਰਟੀ ਲਈ ਇਮਾਨਦਾਰੀ ਨਾਲ ਕਰ ਰਿਹਾ ਤੁਸੀਂ ਉਹਦੀ ਚੋਣ ਕਰੋ ਚੋਣ ਉਹਦੀ ਨਾ ਕਰੋ ਜਿਹਦਾ ਕੋਈ ਨਾਮ ਦਿੱਗੇ ਚ ਤੁਸੀਂ ਵੱਡਾ ਫੜ ਲਿਆਂਦਾ ਤੁਸੀਂ ਆਪਣੇ ਵਰਕਰ ਨੂੰ ਇਗਨੋਰ ਕਰਕੇ ਜਾਓ ਉਹਨੂੰ ਲਾਦੋਂਗੇ ਰਿਜ਼ਲਟ ਕੀ ਨਿਕਲੂਗਾ ਖਰਾਬ ਹੀ ਹੋਗਾ ਰਿਜ਼ਲਟ ਵਧੀਆ ਨਹੀਂ ਹੋਊਗਾ ਬਿਲਕੁਲ ਬਿਲਕੁਲ ਇਹੀ ਚੀਜ਼ ਹੈ ਵੈਸੇ ਇੱਕ ਹੋਰ ਚੀਜ਼ ਕਲੀਅਰ ਕਰ ਦਈਏ ਕਿ ਸਟਾਰ ਕੈਂਡੀਡਟ ਟੀਮ ਜਾਂ ਫਿਰ ਸਟਾਰ ਕੈਂਡੀਡਟ ਜਿੰਨੇ ਵੀ ਅ ਅਸੀਂ ਕੋਈ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਸਾਡਾ ਕੋਈ ਮਕਸਦ ਨਹੀਂ ਕਿ ਕਿਸੇ ਨੂੰ ਕ੍ਰਿਟੀਸਾਈਜ਼ ਕਰੀਏ ਕਿਸੇ ਦੀ ਆਲੋਚਨਾ ਕਰੀਏ ਸਿਰਫ ਤੇ ਸਿਰਫ ਮੁੱਦੇ ਦੀ ਗੱਲ ਦੇ ਵਿੱਚ ਮੁੱਦਾ ਵਿਚਾਰਿਆ ਜਾਂਦਾ ਕਿਉਂਕਿ ਕਿਸੇ ਪਾਰਟੀ ਦੇ ਨਾਲ ਅਸੀਂ ਉਹੜੀ ਕੋਈ ਤਾਲੁਕਤ ਨਹੀਂ ਰੱਖਦੇ ਲੇਕਿਨ ਅਸਲ ਲੋਕਾਂ ਦੀ ਆਵਾ ਸਾਡੀ ਚਰਚਾ ਚੱਲਦੀ ਰਹਿੰਦੀ ਹੈ। ਖਾਸ ਤੌਰ ਤੇ ਜਸਪ੍ਰੀਤ ਜੀ ਜੇਕਰ ਮੈਂ ਗੱਲ ਕਰਾਂ ਜਿਵੇਂ ਹੁਣ ਆਪਾਂ ਗੱਲਬਾਤ ਕਰ ਰਹੇ ਆ ਆਮ ਆਦੀ ਪਾਰਟੀ ਦੀ ਮੁੱਖ ਮੰਤਰੀ ਦਾ ਚਿਹਰਾ ਤਾਂ ਹਜੇ ਤੱਕ ਸਾਫ਼ ਨਹੀਂ ਹੋਇਆ ਉਹ ਕਲੀਅਰ ਨਹੀਂ ਹੋਇਆ ਕਿ ਕੌਣ ਹੋ ਸਕਦਾ ਹੈ। ਉਹਦੇ ਬਾਰੇ ਕੀ ਰਣਨੀਤੀ ਰਹੇਗੀ ਇਹਦੇ ਬਾਰੇ ਵੀ ਨਹੀਂ ਕੋ ਪਤਾ। ਟਿਕਟਾਂ ਦੀ ਵੰਡ ਨੂੰ ਲੈ ਕੇ ਤਾਂ ਮੇਰੇ ਹਿਸਾਬ ਦੇ ਨਾਲ ਇੱਕ ਵੱਡੀ ਤਲਵਾਰ ਲਟਕ ਚੁੱਕੀ ਆ ਆਮ ਆਦੀ ਪਾਰਟੀ ਦੇ ਅੱਗੇ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ। ਲੜਕਾਣ ਵਾਲੇ ਤਾਂ ਖੁਦ ਨੇ ਨਾ ਗੁਪੀ ਜੀ। ਲੜਕਾਣ ਵਾਲੇ ਖੁਦ ਨੇ। ਜੇ ਪਹਿਲਾਂ ਹੀ ਜਦ ਕੋਈ ਇਲਾਕੇ 'ਚ ਇੱਕ ਬੰਦਾ ਚੁਣਿਆ ਜਾਂਦਾ ਕਲੀਅ ਉਭੀ ਆ ਬੰਦਾ ਸਹੀ ਆ ਬੰਦਾ ਗਲਤ ਹੈ ਜਾ ਬੰਦੇ ਦੀ ਟਿਕਟ ਦੇਣੀ ਆ ਭਾਈ ਬਾਕੀ ਨੂੰ ਸਮਝਾਇਆ ਜਾਂਦਾ ਬਿਠਾ ਕੇ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਐ ਕੰਸਰਨੋ ਤੁਸੀਂ ਇਹਦੀ ਸਪੋਰਟ ਕਰੋ ਆਪਾਂ ਬੰਦਾ ਜਿੱਤ ਕੇ ਲੈ ਕੇ ਜਾਣਾ ਇੱਥੋਂ ਜੇ ਆਪਾਂ ਕੱਲੀ ਕੱਲੀ ਸੀਟ ਦੇ ਉੱਤੇ ਵਰਕ ਕਰਾਂਗੇ ਤਾਂ ਜਿੱਤਾਂਗੇ ਪਰ ਅਸੀਂ ਤਾਂ ਉੱਥੇ ਪੱਬਲ ਪੂਸੇ 'ਚ ਪਾ ਦਿੱਤਾ ਇਲੈਕਸ਼ਨ ਸਿਰ ਤੇ ਖੜੇ ਆ ਚੋਣ ਜਾਬਤਾ ਲੱਗਣ ਨੂੰ ਤਿਆਰ ਤੇ ਹਜੇ ਤੱਕ ਸੀਟਾਂ ਦੇ ਪੱਬਲ ਪੂਸੇ ਪਈਆਂ ਜਾਂ ਸਾਰੀ ਦੇਖੋ ਇਹ ਹੀ ਇਹ ਹੀ ਬਹੁਤ ਅਹਿਮ ਗੱਲ ਹੈ ਕਿ ਹਾਲੇ ਤੱਕ ਸੀਟਾਂ ਦੀ ਵੰਡ ਨਹੀਂ ਆ ਹਾਲਾਂਕਿ ਮੇਰੀ ਇੱਕ ਹੋਰ ਚੀਜ਼ ਇਹਦੇ ਵਿੱਚ ਅਹਿਮ ਲੱਗ ਰਹੀ ਹੈ ਕਿ ਜੋ ਲਿਸਟਾਂ ਹੁਣ ਆਜ ਤੁਹਾਡੀ ਟਿਕਟ ਪੱਕੀ ਹੈ ਇਹੀ ਜੋ ਹੁਣ ਤੱਕ ਸਟ੍ਰੈਟਜੀ ਚੱਲ ਰਹੀ ਆਪਾਂ ਦੀ ਪਾਰਟੀ ਦੀ ਲੇਕਿਨ ਇੱਕ ਹੋਰ ਬੜੀ ਜੋ ਇੱਕ ਦਾਅ ਖੇਲਦੀ ਹੈ ਇਹ ਦਾਅ ਇਦਾਂ ਖੇਲਦੀ ਪਈਆ ਕਿ ਪਹਿਲਾਂ ਇੱਕ ਚਾਰਜ ਲਾ ਕੇ ਦੇਖੋ ਕਿੰਨੇ ਕੁ ਲੋਕ ਚੀਕਦੇ ਨੇ ਕਿੰਨੇ ਲੋਕ ਸ਼ਾਂਤ ਨੇ ਫਿਰ ਉਹ ਦੇਖਿਆ ਜਾਂਦਾ ਵੀ ਜਿਹੜੀ ਪਰਸੈਂਟੇਜ ਸ਼ਾਂਤ ਵਾਲੀ ਜ਼ਿਆਦਾ ਹੈ ਫਿਰ ਇਨਚਾਰਜ ਨੂੰ ਕਨਵਰਟ ਕਰ ਦੋ ਟਿਕਟ ਦੇ ਵਿੱਚ ਜੇਕਰ ਉਹ ਚਾਰਜ ਨਹੀਂ ਫਿੱਟ ਬੈਂਦਾ ਪਿਆ ਤਾਂ ਉਹਨੂੰ ਚਾਰਜੇ ਰਹਿਣ ਦੋ ਟਿਕਟ ਹੋਰ ਨੂੰ ਕਨਵਰਟ ਕਰਾ ਦਿਓ ਟਿਕਟ ਹੋਰ ਨੂੰ ਦੇ ਦਿਓ ਇਹੀ ਜੋ ਹੈ ਲਗਾਤਾਰ ਜੋ ਆਮ ਆਦੀ ਪਾਰਟੀ ਦੇ ਸਰਵੇਅਰ ਜੋ ਟੀਮਾਂ ਲੱਗੀਆਂ ਹੋਈਆਂ ਪੰਜਾਬ ਦੇ ਅੰਦਰ ਵੱਖ-ਵੱਖ ਹਲਕੇ ਵਿੱਚ ਸਰਵੇ ਕਰ ਰਹੀਏ ਨੇ ਉਹ ਇਹੀ ਚੀਜ਼ ਦੇਖ ਰਹੇ ਨੇ ਕਿ ਜੇਕਰ ਇੰਚਾਰਜ ਦੀ ਕਿੰਨੀ ਕਿ ਤਜੱਬੋ ਹੋ ਰਹੀ ਆ ਵਿਧਾਨ ਸਭਾ ਹਲਕੇ ਦੇ ਵਿੱਚ ਕੀ ਉਹ ਸਹੀ ਜੇਕਰ ਉਹਨੂੰ ਟਿਕਟ ਲਾਣ ਦਿੱਤੀ ਜਾਂਦੀ ਹੈ ਤਾਂ ਉਹ ਸਹੀ ਤਰੀਕੇ ਦੇ ਨਾਲ ਉਥੋਂ ਸੀਟ ਕੱਢ ਸਕਦਾ ਜਾਂ ਨਹੀਂ ਕੱਢ ਸਕਦਾ ਇਹ ਵੀ ਸੂਤਰਨ ਵਾਲੇ ਤੋਂ ਖਬਰਾਂ ਨੇ ਕਿ ਜੇਕਰ ਇੰਚਾਰਜ ਦੀਆਂ ਬਦਲੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਵੀ ਵੱਡੇ ਪੱਧਰ ਤੇ ਆਮ ਆਦੀ ਪਾਰਟੀ ਦੇ ਕਿ ਜਿਹੜੇ ਇਨਚਾਰਜ ਦੇ ਇਨਚਾਰਜ ਬਣ ਕੇ ਇੱਕ ਕੈਂਡੀਡੇਟ ਵਜੋਂ ਕੰਮ ਕਰ ਰਹੇ ਨੇ ਆਪਣੇ ਹਲਕੇ ਦੇ ਵਿੱਚ ਜੇਕਰ ਉਹਨਾਂ ਨੂੰ ਐਨ ਮੌਕੇ ਤੇ ਜਾ ਕੇ ਬਦਲ ਦਿੱਤਾ ਜਾਂਦਾ ਤਾਂ ਉਹ ਬਹੁਤ ਵੱਡੀ ਬਗਾਵਤ ਹੋਣੀ ਹੈ ਮੰਨਦੇ ਤਾਂ ਇਹ ਤੁਸੀਂ ਬਹੁਤ ਵਧੀਆ ਗੱਲ ਅਗੇ ਬਹੁਤ ਵੱਡੀ ਇਹ ਬਗਾਵਤ ਹੋਊਗੀ ਕਿਉਂਕਿ ਦੇਖੋ ਇੱਕ ਬੰਦੇ ਨੂੰ ਤੁਸੀਂ ਇਨਚਾਰਜ ਲਾਇਆ ਉਹਨੂੰ ਇਹ ਚਾਹ ਨਾ ਹੋਊਗੀ ਵੀ ਮੈਂ ਇਨਚਾਰਜ ਤਾਂ ਲਾਇਆ ਗਿਆ ਸੀ ਮੈਂ ਵਰਕ ਕਰਾਂ ਪਰ ਐਨ ਮੌਕੇ ਤੇ ਜਾ ਕੇ ਜਾਂ ਕੁਝ ਪਾਰਟੀ ਕੋਟਾ ਜਾਂ ਤੁਹਾਨੂੰ ਲੱਗਦਾ ਵੀ ਇਹ ਨਹੀਂ ਹੈਗਾ ਜਾਂ ਦੋ ਚਾਰ ਬੰਦੇ ਤੁਸੀਂ ਗੱਲਾਂ ਸੁਣ ਲੈਣੇ ਹੋ ਜੇ ਤੁਸੀਂ ਇਨਚਾਰਜ ਨੂੰ ਤੋੜ ਦੋਗੇ ਬਦਲ ਦੋਗੇ ਇਹਦੇ ਨਾਲ ਹਰ ਨੀਵੇਂ ਵਰਕਰ ਦਾ ਜਿਹੜਾ ਮਤਲਬ ਇੱਕ ਸਟੈਪ ਹੋਗਾ ਵੀ ਜਦ ਇਹ ਨਹੀਂ ਏਡੇ ਵੱਡੇ ਕੰਮ ਕਰਨੇ ਵਾਲੇ ਨੂੰ ਇਗਨੋਰ ਕਰ ਦਿੱਤਾ ਗਿਆ ਅਸੀਂ ਕੀ ਚੀਜ਼ਾਂ ਸਾਨੂੰ ਕਿਉਂ ਨਹੀਂ ਕਿਰੋਰ ਕੀਤਾ ਉਹ ਹੋਰ ਵੀ ਖਤਰਨਾਕ ਸਿੱਧਾ ਹੋਊਗਾ ਇਹ ਤਾਂ ਅਜੇ ਤਾਂ ਚਲੋ ਖਤਰਨਾਕ ਬਹੁਤ ਵੱਡਾ ਪਰ ਹੋਰ ਵੀ ਖਤਰਨਾਕ ਹੋ ਜਾਊਗਾ ਉਹ ਕਲੀਅਰ ਹੋ ਜਾਊਗਾ ਹਲਕੇ ਚੋਂ ਵੀ ਆਮ ਆਦਮੀ ਪਾਰਟੀ ਤੋਂ ਸੀਟ ਨਹੀਂ ਕੱਟੂਗੀ ਬਿਲਕੁਲ ਇੱਕ ਹੋਰ ਕੱਲ ਦੇ ਜ਼ਿਕਰ ਜ਼ਿਕਰ ਕੀਤਾ ਜਾਵੇ ਜਸਪ੍ਰੀਤ ਜੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਮ ਆਦਮੀ ਦਾ ਸਲੋਗਨ ਲੈ ਕੇ ਜੋ ਚੱਲੀ ਸੀ ਜਦੋਂ ਸ਼ੁਰੂਆਤ ਹੋਈ ਸੀ ਆ ਭਾਵੇਂ ਦਿੱਲੀ ਜੰਤਰ ਮントਰ ਤੋਂ ਜਦੋਂ ਸਾਰੇ ਧਰਨੇ ਪ੍ਰਦਰਸ਼ਨ ਉਹਨਾਂ ਨੇ ਚਲਾਏ ਨੇ ਤਾਂ ਉਸ ਦਰਮਿਆਨ ਜੋ ਇੱਕ এজেন্ডਾ ਲੈ ਕੇ ਚੱਲੀ ਸਿਆਮਾ ਦੀ ਪਾਰਟੀ ਉਸ ਦੇ ਤਹਿਤ ਹਾਲਾਂਕਿ ਦਿੱਲੀ ਦੇ ਵਿੱਚ ਜਿਹੇ ਜੀ ਕੰਮਕਾਰ ਕੀਤੇ ਨੇ ਉਹ ਸਾਡੇ ਸਾਹਮਣੇ ਨੇ ਪੰਜਾਬ ਦੇ ਵਿੱਚ ਕਹੋ ਜੀ ਜੋ ਭੂਮਿਕਾ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਇੱਕ ਤਜਵਵ ਦਿੱਤੀ ਜਾਂਦੀ ਆਮ ਬੰਦੇ ਨੂੰ ਤਜਵਵ ਦਿੱਤੀ ਜਾਂਦੀ ਹੈ ਦੇਖੋ ਨਹੀਂ ਇਹ ਨਹੀਂ ਹੈਗਾ ਇੱਥੇ ਵੀ ਆਮ ਆਦਮੀ ਪਾਰਟੀ ਨੂੰ ਖਾਸ ਬੰਦੇ ਦੀ ਪਾਰਟੀ ਰਹਿ ਗਿਆ ਆਮ ਆਦਮੀ ਪਾਰਟੀ ਦੇ ਠੀਕ ਹੈ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਆਮ ਬੰਦੇ ਨੂੰ ਲੈ ਕੇ ਤਵੱਜਹ ਜਾਂਦੀ ਸੀ ਉਹਨੂੰ ਸੋਚਿਆ ਜਾਂਦਾ ਸੀ ਵੀ ਇਹਨੂੰ ਪਾਰਟੀ ਨਾਲ ਜੋੜਿਆ ਜਾ ਸਕਦਾ ਹੈ ਕਿ ਹੈਂ ਤੁਸੀਂ ਕਿ ਰੇਡੀ ਵਾਲੇ ਨੂੰ ਵੀ ਟਿਕਟ ਦੇ ਸਕਦੇ ਆ ਹਾਂ ਟਿਕਟ ਦੇ ਸਕਦੇ ਆ ਵੀ ਦਿੱਤੀ ਵੀ ਜਾਂਦੀ ਸੀ ਅਸੀਂ ਦੇਖਿਆ ਵੀ ਆ ਪਰ ਹੁਣ ਟਿਕਟ ਸ਼ਾਹੂਕਾਰ ਜਾਂ ਨਾਮਚੀਰ ਬੰਦੇ ਨੂੰ ਦਿੱਤੀ ਜਾ ਰਹੀ ਹੈ ਜਾਂ ਜਿਹੜਾ ਪਿੰਦਾ ਪੈਸਾ ਖਰਚ ਰਿਹਾ ਪੋਸਟਰ ਬਦ ਲਾ ਰਿਹਾ ਕੌਣ ਬੋਰਡ ਲਾ ਰਿਹਾ ਇਹ ਚੀਜ਼ਾਂ ਨੂੰ ਕਾਊਂਟ ਕਰਨਾ ਸ਼ੁਰੂ ਕਰ ਦਿੱਤਾ ਜਾਨਕਿ ਆਮ ਆਦਮੀ ਪਾਰਟੀ ਜਿਹੜੇ ਇੱਕ ਮਿਸ਼ਨ ਨਾਲ ਤੁਰੀ ਸੀ ਉਹ ਮਿਸ਼ਨ ਨੂੰ ਕਿਤੇ ਨਾ ਕਿਤੇ ਖੱਡੇ ਸੱਟ ਕੇ ਉਹ ਤੇ ਮਿੱਟੀ ਪਾ ਦੀ ਦਬ ਦਿੱਤਾ ਹੁਣ ਉਹ ਆਪਣੀ ਮਿਸ਼ਨ ਚਲਾ ਰਹੀ ਹੈ ਆਮ ਲੋਕਾਂ ਨੂੰ ਇਗਨੋਰ ਕਰਦਿਆ ਹੋਇਆ ਤੁਸੀਂ ਖਾਸ ਲੋਕਾਂ ਵੱਲ ਜਾਂਦੀ ਜਾ ਰਹੀ ਹੈ ਹੁਣ ਤੱਕ ਆਮ ਆਦਮੀ ਪਾਰਟੀ ਦੇ ਇੱਕ ਦੌਰ ਸੀ ਜਿਵੇਂ ਇਹ ਸਾਰੇ ਲੋਕਾਂ ਤੁਸੀਂ ਨਾਮ ਲਾਤੇ ਜੁੜੇ ਸੀ ਮਿਸ਼ਨ ਦੇ ਤਹਿਤ ਹੁਣ ਲੋਕ ਜੁੜਦੇ ਪਏ ਨੇ ਉਹ ਵੀ ਮਿਸ਼ਨ ਦੇ ਤਹਿਤ ਜੁੜਦੇ ਆ ਪਰ ਉਹਨ ਉਹਨਾਂ ਦਾ ਮਿਸ਼ਨ ਹੈ ਐਮਐਲਏ ਐਮਪੀ ਬਣਨਾ ਉਹਨਾਂ ਦਾ ਮਿਸ਼ਨ ਹੈਗਾ ਮੁੱਖ ਮੰਤਰੀ ਬਣਨਾ ਉਹਨਾਂ ਦਾ ਮਿਸ਼ਨ ਹੈਗਾ ਕੋਈ ਹੋਰ ਪੋਸਟ ਲੈ ਕੇ ਇੱਥੇ ਪੰਜਾਬ ਤੇ ਕਾਬਜ਼ ਹੋਣਾ ਉਹ ਮਿਸ਼ਨ ਨਾਲ ਜੁੜੇ ਹੋਏ ਨੇ ਉਹ ਮਿਸ਼ਨ ਨਾਲ ਜੁੜੇ ਹੋਏ ਕੁਝ ਲੋਕ ਭੱਜ ਵੀ ਚੁੱਕੇ ਨੇ ਕੁਝ ਲੋਕ ਅਜੇ ਵੀ ਮੌਜੂਦ ਨੇ ਮਤਲਬ ਇਹ ਨਹੀਂ ਉਹ ਮੈਂ ਫੇਰ ਗੱਲ ਕਹੀ ਆ ਵੀ ਵਰਕਰ ਵਾਲੀ ਭੂਮਿਕਾ ਤੇ ਆਮ ਲੋਕਾਂ ਵਾਲੀ ਭੂਮਿਕਾ ਖਤਮ ਹੋ ਚੁੱਕੀ ਆ ਜਿਹੜੇ ਮਿਸ਼ਨ ਨੂੰ ਲੈ ਕੇ ਲੋਕ ਇਹਨੂੰ ਪਸੰਦ ਕਰ ਰਹੇ ਸੀ ਲਾਈਕ ਕਰ ਰਹੇ ਸੀ ਵੀ ਆਮ ਲੋਕਾਂ ਨਾਲ ਜੁੜੇ ਹੋਏ ਨੇ ਇਹ ਉਹ ਕਿਤੇ ਨਾ ਕਿਤੇ ਖਤਮ ਹੋ ਚੁੱਕਿਆ ਕੇਵਲ ਆਮ ਆਦਮੀ ਪਾਰਟੀ ਨਾਮ ਦੀ ਆਮ ਆਦਮੀ ਪਾਰਟੀ ਆ ਹਜੇ ਤੱਕ ਖਾਸ ਆਦਮੀਆਂ ਦੀ ਪਾਰਟੀ ਆ ਖਾਸ ਕਰਕੇ ਜੋ ਹੁਣ ਗਰਾਊਂਡ ਰਿਐਲਿਟੀ ਨਜ਼ਰ ਆ ਰਹੀ ਆ ਹਜੇ ਟਿਕਟਾਂ ਨਹੀਂ ਵੰਡ ਹੋਣੀ ਆ ਕੀ ਪਤਾ ਦੁਬਾਰਾ ਫੇਰ ਇਹਨਾਂ ਅੰਦਰ ਉਹ ਆਮ ਆਦਮੀ ਜਾਗ ਜਵੇ ਤੇ ਉਹ ਆਮ ਆਦਮੀ ਨੂੰ ਹੀ ਅਪਰੋਚ ਕਰਨ ਬਲਕਿ ਇਹ ਤਾਂ ਕੀ ਆ ਕਿ ਖਾਸ ਨੂੰ ਕਰਨਗੇ ਜਾਂ ਕਿਨੂੰ ਕਰਨਗੇ ਬਿਲਕੁਲ ਸੋ ਜਸਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਮਾਮੂਲੀ ਗੱਲਬਾਤ ਕਰਨ ਦੇ ਲਈ ਹਾਲਾਂਕਿ ਇੱਕ ਹੋਰ ਚੀਜ਼ ਇਹਦੇ ਵਿੱਚ ਇੱਕ ਆ ਪਾਰਟੀ ਫੰਡ ਦੀ ਬਿਲਕੁਲ ਜ਼ਰੂਰਤ ਹੁੰਦੀ ਹੈ ਲੇਕਿਨ 2017 ਦੇ ਵਿੱਚ ਇੰਨਾ ਫੰਡ ਇਕੱਠਾ ਹੋ ਗਿਆ ਸਿਆਮਾ ਦੀ ਪਾਰਟੀ ਕੋਲ ਕਿ ਕਾਫੀ ਵਿਦੇਸ਼ਾਂ ਤੋਂ ਆ ਜੋ ਲੋਕਾਂ ਨੇ ਫੰਡ ਦਿੱਤੇ ਨੇ ਕਿਉਂਕਿ ਇੱਕ ਬਦਲ ਦੇ ਰੂਪ ਦੇ ਵਿੱਚ ਆਮਾਦੀ ਪਾਰਟੀ ਨੂੰ ਦੇਖਿਆ ਗਿਆ ਸੀ ਹਾਲਾਂਕਿ ਅਸੀਂ ਜ਼ਿਕਰ ਕੀਤਾ ਜਸਪਰੀ ਜੀ ਹੋਰਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਆਮ ਤੋਂ ਕਿਵੇਂ ਖਾਸ ਪਾਰਟੀ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਖਮਿਆਲਾ ਜ਼ਰੂਰ ਡੈਫੀਨਿਟਲੀ ਇਸ ਚੀਜ਼ ਦਾ ਖਮਿਆਲਾ ਆਮਾਦੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਸ ਇਸ ਸਾਦਨਾ ਦੁਚਿੱਤੀ ਵਿੱਚ ਫਸੀ ਹੋਈ ਹੈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਿਵੇਂ ਦੁਚਿੱਤੀ ਵਿੱਚ ਆਮਾਦੀ ਪਾਰਟੀ ਦਾ ਭੁਗਤੂਗੀ ਭੂਤੂਗੀ ਜਿਹੜੇ ਉਹਨਾਂ ਦੇ ਨਾਲ ਵੋਟਰ ਜੁੜੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਦੁਚਿੱਤੀ ਚ ਫਸੇ ਹੋਏ ਨੇ ਕਿ ਆਖਿਰ ਕਹਿੋ ਜੀ ਰਣਨੀਤੀ ਰਹੇਗੀ ਆਮਾਦੀ ਪਾਰਟੀ ਦੀ ਸੋ ਮੁੱਦੇ ਦੀ ਗੱਲ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਸਸ੍ਰੀਕਾਰ